जी डल्ला कमिश्री वाले 10 मिनट वास्ते आप जी की सेवा करनगे। उन्होंने बाद दो छोटे छोटे बच्चे आप जी नूं राजा साहब की रचना सुनाउणगे। सो ज्ञानी जरनैल सिंह जी डल्ला 10 मिनट वास्ते आप पूरे रबी राम जो पछाणी असली सोमा ब्रह्म ज्ञान का हर की कथा कहानी ऊचे नीच दा भेद मटावे सबक सिखावे संजा भुलिया नू सिद्धे राह पावे गुरु रूप गुरबाणी। जिंदगी सफल करे सेवा साधु संगतां दी जिंदगी सफल करे सेवा साधु संगतां दी प्रेम दी रंगन बिच मना ताई ही रंग दी हजारा पापी साधु महापुरखां ने तारते हजारा पापी साधु महापुरखां ने ताइयो तर लोकी धूड़ साधुआं दी मंग दी। जिंदगी सफल करे सेवा साधु संगतां दी जिंदगी सफल करे सेवा साधु संगतां दी प्रेम दी रंगन बिच मना ताई ही रंग दी। ते हजारा पापी साधु महापुरखां ने तारते हजारा पापी साधु महापुरखां ने ताइयो तर लोकी धूड़ साधुआं दी मंग दी। हम मैनू मटावे चेड़े दुई दे मटावे सारे हम मैनू मटावे चेड़े दुई दे मटावे सारे सिखिया सुनाउंदे उच्चे जीवन दे ढंग दी। बलवंत गावे हरी दे प्यार अंदाज बलवंत गावे हरी दे प्यार अंदाज बेदा तो भी परे मैना साधुआं दे संग दी। सत्कार जोर सन्मान जो सासन रजियो अज इस पवित्र धरती दे उत्ते उन्हां महापुरशां दी पवित्र याद विच तुसीं इक विशाल जिहड़ा ये नगर कीर्तन है इकट्ठ है ये दर्शाउंदा है कि वह गुरबाणी दीआं पंडतियां जिहड़ियां महाराज कहिंदे ने जन्म मरन दोहूं मैं नाहीं जन पारिओ पटारी आए जी दान दे भगती लाए न हर स्यों लैन मलाए जीवां नूं भगती का दान दे के सच्चे मार्ग ते चल जल चला के ते आप उस परमात्मा की गोद विच जा के फिर समा जांदे ने। ज्यों जल मैं जल आए चटाना त्यों ज्योति सन ज्योत समाना। आओ सारिया संतां एक बार रसना करो पवित्र आखो जी वाहेगुरु जी का खालसा वाहेगुरु जी की फतेह। सात संगत जीओ धन धन साहब श्री गुरु ग्रंथ साहब जी महाराज जी पावन ते पवित्र उन्हां दी अगवाई दे विच उन्हां दी छत्र छाया हेठ पंजां प्यारियां दी जोड़ अगवाई विच अज का विशाल नगर कीर्तन जिहड़ा है ये दर्शा रहा है कि जिन्ना सास निरास ना बीसरै हर नामा मन मंत धन से सही नानका पूर्ण सोई संत जिस मिलिया मन आनंद होए। सो सतगुर कहिए मन की दुबधा फिर सजाए परम पद लईए। लो मेरे साथी कविता पेश करन जा रहे ने अज दे नगर कीर्तन जिहड़ा विशाल है उस दे प्रति कविता कवि ने लिखी है। नगर कीर्तन ਗੁਰਾਂ ਦਾ ਕੌਮੀ ਆਨ ਸ਼ਾਨ ਹੈ ਪੰਜ ਪਿਆਰੇ ਪਾਲਕੀ ਵਾਲੇ ਸਿੰਘ ਅਤੇ ਹੋਰ ਜਿੰਨੀਆਂ ਵੀ ਸੰਗਤਾਂ ਇਹ ਦਰਸਾ ਰਹੀਆਂ ਨੇ ਕਿ ਮਹਾਂਪੁਰਸ਼ਾਂ ਦੇ ਜਿਹੜਾ ਜੀਵਨ ਹੈ ਉਹ ਕਿੰਨਾ ਉੱਚਾ ਸੁੱਚਾ ਅਤੇ ਮਹਾਨ ਹੋਵੇਗਾ। ਆਓ ਸਾਧ ਸੰਗਤ ਜੀ ਰਾਜਾ ਬਲੀ ਕਰ ਭਲੀ ਅਤੇ ਮੇਰੇ ਸਾਥੀ ਕਵਿਤਾ ਕਹਿਣ ਜਾ ਰਹੇ ਨੇ ਸੁਣੋ ਪ੍ਰੇਮ ਦੇ ਨਾਲ ਨਗਰ ਕੀਰਤਨ ਦੀ ਮਹਿਮਾ ਮੇਰੇ ਸਾਥੀ
ਇਉਂ ਠਹਿਰੇ ਨੇ ਦੋਹਰਾ ਸੁਣ ਲੋ ਹੰਸ ਸਰੋਤੋ ਕਰਕੇ ਜਦਾ ਖਿਆਲ ਸਾਖੀ ਸਿੱਖੀ ਸਦਕ ਦੀ ਦਰਦਾਂ ਭਰਿਆ ਹਾਲ ਅੱਜ ਚਾਰ ਹੀ ਚ ਫੇਰ ਖੁਸ਼ੀ ਦਾ ਸਰੂਰ ਹੈ ਦੇਣ ਸੱਚ ਦਾ ਸੁਨੇਹਾ ਰੱਬੀ ਨੂਰ ਮੈਨਾ ਅੱਜ ਦੇ ਦਿਹਾੜੇ ਦੀ ਬਾੜੀ ਮਹਾਨ ਹੈ ਨਗਰ ਕੀਰਤਨ ਗੋਰਾਂ ਦਾ ਕੌਮੀ ਆਨ ਸ਼ਾਨ ਅੱਜ ਚਾਰ ਹੀ ਚ ਫੇਰ ਖੁਸ਼ੀ ਦੇਣ ਸੱਚ ਦਾ ਸੁਨੇਹਾ ਰੱਬੀ ਨੂਰ ਮੈਨਾ ਅੱਜ ਦੇ ਦਿਹਾੜੇ ਦੀ ਬਾੜੀ ਮਹਾਨ ਹੈ ਨਗਰ ਕੀਰਤਨ ਗੋਰਾਂ ਦਾ ਕੌਮੀ ਆਨ ਸ਼ਾਨ ਸੋਹਣੇ ਗੂੰਜਦੀ ਚ ਫੇਰ ਧੁਨ ਜੈ ਜੈਕਾਰ ਦੀ ਨਵੀਂ ਜ਼ਿੰਦਗੀ ਦੀ ਸਮੇਂ ਚੋਂ ਝਲਕ ਮਾਰਦੀ ਖੰਡ ਦੇ ਸਮਾਨ ਵੇ ਖੰਡ ਦੇ ਸਮਾਨ ਨਗਰ ਕੀਰਤਨ ਗੋਰਾਂ ਦਾ ਕੌਮੀ ਆਨ ਸ਼ਾਨ ਭਾਗ ਸਫਲ ਗੋਰਾਂ ਦੀ ਸੰਗਤ ਪਿਆਰੀ ਦੇ ਸੰਗਤ ਪਿਆਰੀ ਦੇ ਖੁੱਲੇ ਹੋਮ ਦੇ ਦੀਦਾਰ ਬਾਬੇ ਦੀ ਸਵਾਰੀ ਦਸਾਂ ਗੁਰੂਆਂ ਦੀ ਜੋਤ ਪਰ ਕਾਸ਼ਮਾਨ ਜੀ ਪਰ ਕਾਸ਼ਮਾਨ ਨਗਰ ਕੀਰਤਨ ਬਾਬੇ ਦਾ ਅਲੀ ਸ਼ਾਨ ਸ਼ਾਨ ਪੰਜਾਂ ਪਿਆਰਿਆਂ ਤੋਂ ਮੇਲ ਜੀਵਨ ਆਜ਼ਾਦੀ ਦਾ ਰਹਿੰਦਾ ਖਤਰਾ ਨਾਇਆ ਵਾ ਗਾਉਣ ਦੀ ਉਪਾਧੀ ਦਾ ਦੇਖੋ ਚੜ੍ਹਦੀ ਕਲਾ ਚ ਝੂਲ ਦੇ ਨਿਸ਼ਾਨ ਜੀ ਝੂਲ ਦੇ ਨਿਸ਼ਾਨ ਨਗਰ ਕੀਰਤਨ ਗੋਰਾਂ ਦਾ ਕੌਮੀ ਆਨ ਸ਼ਾਨ ਹੋਵੇ ਮਿੱਠੀਆਂ ਸੂਰਾਂ ਚ ਕੀਰਤਨ ਬਾਣੀ ਦਾ ਇੱਥੇ ਮੁਕਦਾ ਬਖੇੜਾ ਈਰਖਾਨ ਮਾਣੀ ਦਾ ਮਿਲੇ ਸੰਗਤਾਂ ਨੂੰ ਪਰ ਜਸ ਮਾਣੀ ਦਾ ਨਗਰ ਕੀਰਤਨ ਗੋਰਾਂ ਦੀ ਸੰਗਤ ਸਿਆਣੀ ਦਾ ਹਾਲ ਸੁਣ ਕੇ ਗੋਰਾਂ ਦੇ ਸੱਚੇ ਇਤਿਹਾਸ ਦਾ ਮਿਲ ਸਭ ਨੂੰ ਖਜ਼ਾਨਾ ਜ਼ਿੰਦਗੀ ਦੀ ਰਾਸ ਦਾ ਸੱਕੇ ਵੱਡਿਆਂ ਦੇ ਦੁਨੀਆਂ ਦੀ ਜ਼ਿੰਦ ਜਾਨ ਬਈ ਸਾਡੀ ਜ਼ਿੰਦ ਜਾਨ ਨਗਰ ਕੀਰਤਨ ਗੋਰਾਂ ਦਾ ਕੌਮੀ ਆਨ ਸ਼ਾਨ ਦੇਵੇ ਸਭ ਨੂੰ ਸੰਦੇਸ਼ ਇਹ ਸਮਾਸ ਲੱਖਣ ਕੀਤੇ ਵੱਡਿਆਂ ਦੇ ਉਪਕਾਰ ਯਾਦ ਰੱਖਣ ਸੱਗੇ ਵੱਡਿਆਂ ਦੇ ਸਾਡੀ ਯਾਰੋ ਜਿੰਦ ਜਾਨ ਬਈ ਸਾਡੀ ਜਿੰਦ ਜਾਨ ਨਗਰ ਕੀਰਤਨ ਗੋਰਾਂ ਦਾ ਕੌਮੀ ਆਨ ਸ਼ਾਨ ਭਾਗ ਸਫਲ ਗੋਰਾਂ ਦੀ ਸੰਗਤ ਪਿਆਰੀ ਦੇ ਖੁੱਲੇ ਹੋਮ ਦੇ ਦੀਦਾਰ ਬਾਬੇ ਦੀ ਸਵਾਰੀ ਦੀਆਂ ਯਾਦ ਕਰਕੇ ਸਮੇਂ ਨੂੰ ਝੂਰ ਦਾ ਜਹਾਨ ਬਈ ਝੂਰ ਦਾ ਜਹਾਨ ਨਗਰ ਕੀਰਤਨ ਗੋਰਾਂ ਦਾ ਕੌਮੀ ਆਨ ਸ਼ਾਨ ਹੜ ਮਾੜ ਦੀ ਨਿਸ਼ਾਨੀ ਓਮ ਦੇ ਨਿਸ਼ਾਨੀ ਆ ਇਹ ਤਾਂ ਖਾਲਸਾ ਜੀ ਗੁਰਾਂ ਦੀ ਮਿਹਰਬਾਨੀ ਆ ਸਾਡਾ ਦੁਨੀਆ ਚ ਤਾਈਓ ਸਰ ਬੰਤ ਮਾਣ ਬਈ ਬਾਲ ਬੰਤ ਮਾਣ ਨਗਰ ਕੀਰਤਨ ਗੋਰਾਂ ਦਾ ਕੌਮੀ ਆਨ ਸ਼ਾਨ ਗਿਣ ਕੇ ਦਿੱਤੇ ਨੇ ਸਵਾਸ ਪਰਮਾਤਮਾ ਨੇ ਹੌਲੀ ਹੌਲੀ ਉਹ ਮੁੱਟਦੇ ਜਾਮਦੇ ਨੇ ਜਪ ਕੇ ਨਾਮ ਜੋ ਅਸਲ ਮਹਾਤਮਾ ਨੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਨੇ ਇੱਕ ਮਨ ਹੋ ਕੇ ਜਪਦੇ ਪਰਮਾਤਮਾ ਨੂੰ ਸੋਭਾ ਜੱਡ ਵਿੱਚ ਤਾਂ ਜੋ ਉਪਾਮਦੇ ਨੇ ਆਪ ਤਰੇ ਅਤੇ ਤਾਰਦੇ ਹੋਰਨਾਂ ਨੂੰ ਡੱਲੇ ਵਾਲੇ ਵੀ ਸੀਸ
ਝੁਟਾਉਂਦੇ ਨੇ। ਇਹ ਨਾਲ ਪੁੱਛ ਰਹੇ ਦੇਖੇ ਮਾਂਦੇ ਜਾ ਚਾ ਮੇਰੇ ਸਾਥੀ ਜਰਾਉਂ ਟੋਲੇ ਡੱਲਾ ਪਿੰਡ ਹੈ ਲੁਧਿਆਣੇ ਜ਼ਿਲ੍ਹੇ 'ਚ, ਮੇਰੇ ਸਾਥੀ ਬਲਵੰਤ ਸਿੰਘ ਬਿੱਲੂ ਪਮਾਲ ਇੱਧਰਲੇ ਪਾਸੇ, ਪਰਿਵਾਰ ਸਿੰਘ ਡੱਲਾ ਅਤੇ ਦਾਸ ਜਰਨੈਲ ਸਿੰਘ ਡੱਲਾ ਖੇਮਾ ਦੇ ਜਾ ਚਾ, ਸਾਰੀਆਂ ਸੰਗਤਾਂ, ਪ੍ਰਬੰਧਕ ਕਮੇਟੀ ਦਾ, ਸਮੁੱਚੀਆਂ ਸੰਗਤਾਂ ਦਾ, ਮਹਾਂਪੁਰਸ਼ਾਂ ਦਾ, ਗੁਰੂ ਮਹਾਰਾਜ ਦਾ, ਪੰਜਾਂ ਪਿਆਰਿਆਂ ਦਾ, ਸੰਗਤ ਦਾ ਧੰਨਵਾਦ। ਭੁੱਲਾਂ ਚੁੱਟਾਂ ਦੀ ਖੇਮਾ, ਪਹਿਲੀ ਵਾਰ ਤੁਹਾਡੇ ਦਰਸ਼ਨ ਹੋਏ ਨੇ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਨੀ ਸੱਜਣਾ ਵੱਲੋਂ ਜੋ ਸਟੇਜ 'ਤੇ ਮਾਇਆ ਆਈ ਆ, ਉਹਨਾਂ ਦੇ ਨਾਮ ਆਪ ਜੀ ਨਾਲ ਸਾਂਝੇ ਕਰਨ ਲੱਗਾ। ਇਸ ਤੋਂ ਬਾਅਦ ਇੱਕ ਛੋਟੀ ਜਿਹੀ ਬੱਚੀ ਅੰਜਲੀ ਅਤੇ ਨਾਲ ਉਸਦੇ ਭਰਾ ਹਨ। ਸੋ ਝਿੰਗੜਾਂ ਤੋਂ ਸਾਡੇ ਵੀਰ ਸਰਦਾਰ ਸੁਰਜੀਤ ਸਿੰਘ ਜੀ ਝਿੰਗੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਬੱਚੇ ਹਨ, ਸਰਪੰਚਾਂ ਦੇ ਜਥੇ ਦੇ ਨਾਲ ਮਸ਼ਹੂਰ ਆ। ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਸਿਰਫ 2 ਮਿੰਟ ਦੀ, ਇਹ 5 ਮਿੰਟ ਵਾਸਤੇ ਆਪਣਾ ਇੱਕ ਛੰਦ ਲਾਉਣਗੇ, ਜਦ ਤੱਕ ਮੈਂ ਇੱਕ ਲਿਸਟ ਆਪ ਜੀ ਨਾਲ ਸਾਂਝੀ ਕਰਨ ਲੱਗਾ। ਸੁਰਿੰਦਰ ਸਿੰਘ ਸਨ ਆਫ ਸੁਰਜੀਤ ਸਿੰਘ ਫਗਵਾੜਾ ਕਨੇਡਾ ਵਾਸੀ 10,000 ਰੁਪਏ, ਹਰਵਿੰਦਰ ਸਿੰਘ ਸਨ ਆਫ ਅਜਮੇਰ ਸਿੰਘ ਜਰਮਨ 500 ਰੁਪਏ, ਮਹਿੰਦਰ ਸਿੰਘ ਭੋਗਲ 5,100 ਰੁਪਏ, ਪ੍ਰੀਤੋ ਖਾਨਪੁਰ 500 ਰੁਪਏ, ਜਸਵੰਤ ਸਿੰਘ ਭੋਗਲ ਮਜ਼ਾਰਾ ਰਾਜਾ ਸਾਹਿਬ 5,100 ਰੁਪਏ, ਹਰਸਿਮਰਜੀਤ ਸਿੰਘ ਇੰਗਲੈਂਡ, ਸਪੁੱਤਰ ਸਰਦਾਰ ਇੰਦਰਜੀਤ ਸਿੰਘ ਸਿਆਣ ਜੋ ਕਿ ਸਾਡੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਉਹਨਾਂ ਦੇ ਲੜਕਾ ਹਰਸਿਮਰਜੀਤ ਸਿੰਘ ਜੋ ਕਿ ਇੰਗਲੈਂਡ ਵਿੱਚ ਹੈ, ਉਹਨਾਂ ਵੱਲੋਂ 1,00,000 ਰੁਪਈਆ। ਕੁਲਵਿੰਦਰ ਸਿੰਘ ਤੀਰਥ ਸਿੰਘ ਇਟਲੀ ਨਿਵਾਸੀ, ਸਪੁੱਤਰ ਬਿੱਕਰ ਸਿੰਘ ਗਿੱਲ, ਮਜ਼ਾਰਾ ਰਾਜਾ ਸਾਹਿਬ 30,000 ਰੁਪਏ, ਜਸਪ੍ਰੀਤ ਸਿੰਘ ਕੈਨੇਡਾ ਐਡਮਿੰਟਨ 9,500 ਰੁਪਏ, ਜਰਨੈਲ ਸਿੰਘ ਸਿੱਧੂ ਰਾਏਪੁਰ ਡੱਬਾ 5,000 ਰੁਪਏ, ਭੁਪਿੰਦਰ ਸਿੰਘ ਔਜਲਾ 500 ਰੁਪਏ, ਸੁਰਜੀਤ ਸਿੰਘ ਮਜ਼ਾਰਾ ਰਾਜਾ ਸਾਹਿਬ 100 ਰੁਪਏ, ਬਲਵੀਰ ਕੌਰ ਵਾਈਫ ਆਫ ਹਰੀ ਦੇ 2,500 ਰੁਪਏ, ਜੀਤ ਰਾਮ ਮਜ਼ਾਰਾ ਰਾਜਾ ਸਾਹਿਬ 100 ਰੁਪਏ, ਹਰਦੀਪ ਸਿੰਘ ਮਜ਼ਾਰਾ ਰਾਜਾ ਸਾਹਿਬ 100 ਰੁਪਏ, ਜਸਵਿੰਦਰ ਸਿੰਘ ਮਜ਼ਾਰਾ ਰਾਜਾ ਸਾਹਿਬ 100 ਰੁਪਏ, ਗੁਰਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ 100 ਰੁਪਏ, ਵਰਿੰਦਰ ਸਿੰਘ 100 ਰੁਪਏ, ਤੇਜਿੰਦਰ ਸਿੰਘ 100 ਰੁਪਏ, ਰਾਮ ਸਿੰਘ ਸਨ ਆਫ ਗਿਆਨ ਸਿੰਘ ਭਰੋ ਮਜ਼ਾਰਾ 1,100 ਰੁਪਏ, ਪਾਖਰ ਸਿੰਘ ਮਜ਼ਾਰਾ ਰਾਜਾ ਸਾਹਿਬ 600 ਰੁਪਏ, ਰੁਪਿੰਦਰ ਸਿੰਘ ਭਰੋ ਮਜ਼ਾਰਾ 2,500 ਰੁਪਏ, ਗਿਆਨੀ ਗੁਰਦੇਵ ਸਿੰਘ ਜੀ ਦਰਦ 500 ਰੁਪਏ, ਗਿਆਨ ਸਿੰਘ ਸਾਬਕਾ ਸਰਪੰਚ ਮਜ਼ਾਰਾ ਰਾਜਾ ਸਾਹਿਬ 500 ਰੁਪਏ, ਰਾਜਵਿੰਦਰ ਕੌਰ ਇੰਗਲੈਂਡ ਨਿਵਾਸੀ ਮਜ਼ਾਰਾ ਰਾਜਾ ਸਾਹਿਬ 2,000 ਰੁਪਏ, ਗੁਰਬਖਸ਼ ਸਿੰਘ ਹੀਰਾ ਸਨ ਆਫ ਦਲੀਪਾ ਸਿੰਘ ਇੰਗਲੈਂਡ ਨਿਵਾਸੀ ਲੰਗਰ ਦੀ ਸੇਵਾ 31,000 ਰੁਪਏ, ਨਿਰਮਲਜੀਤ ਹੀਰਾ ਰਾਜਾ ਸਾਹਿਬ ਜੀ ਦਾ ਹਾਲਾ 1,510 ਰੁਪਏ, ਡਾਕਟਰ ਮਨਿੰਦਰ ਹੀਰਾ ਰਾਜਾ ਸਾਹਿਬ ਜੀ ਦਾ ਹਾਲਾ 2,100 ਰੁਪਏ, ਜਸਵਿੰਦਰ ਸਿੰਘ ਸਾਨੋ ਬਗੀਚਾ ਸਿੰਘ 1,000, ਸੁਰਿੰਦਰ ਸਿੰਘ ਛਿੰਦਾ ਜਗਤਪੁਰ 500 ਰੁਪਏ, ਰਾਜਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਸਾਨੋ ਸੁੱਚਾ ਸਿੰਘ ਇਟਲੀ ਤੋਂ 2,100 ਰੁਪਏ, ਗੁਰਮੇਲ ਸਿੰਘ ਮਜ਼ਾਰਾ ਰਾਜਾ ਸਾਹਿਬ 1,100 ਰੁਪਏ, ਗੁਰਨਾਮ ਸਿੰਘ ਸਾਨੋ ਸੁੱਚਾ ਸਿੰਘ ਤਲਵੰਡੀ 50,000 ਰੁਪਏ, ਗੁਰਮੇਜ ਸਿੰਘ ਸਾਨੋ ਸੁੱਚਾ ਸਿੰਘ ਤਲਵੰਡੀ 10,000 ਰੁਪਏ, ਅਵਤਾਰ ਸਿੰਘ ਸਾਨੋ ਗੁਰਮੁਖ ਸਿੰਘ ਭਰੋ ਮਜ਼ਾਰਾ 2,100 ਰੁਪਏ, ਗੁਰਕਮਲ ਸਿੰਘ ਸਾਨੋ ਗਿਆਨ ਸਿੰਘ ਰੜ ਗੜਪਦਾਣਾ 50,000 ਰੁਪਏ, ਟਹਿਲ ਸਿੰਘ ਥਾਂਦੀ ਸਨ ਆਫ ਤਾਰਾ ਸਿੰਘ ਗੜਪਦਾਣਾ 50,000 ਰੁਪਏ, ਥਾਂਦੀ ਪਰਿਵਾਰ USA ਤੋਂ ਰਾਜਾ ਸਾਹਿਬ ਜੀ ਦੇ ਰਸੋਖਾਨੇ ਦੀ ਸਾਂਭ ਸੰਭਾਲ ਵਾਸਤੇ, ਰੂਪ ਰਾਣੀ ਵਾਈਫ ਆਫ ਗੁਰਜੀਤ ਰਾਮ ਅਮਰੀਕਾ ਨਿਵਾਸੀ 10,000 ਰੁਪਏ, ਸੰਤੋਸ਼ ਰਾਣੀ ਵਾਈਫ ਆਫ ਦਰਸ਼ਨ ਲਾਲ ਲਿਬਲਾਨ ਤੋਂ 8,000 ਰੁਪਏ, ਵਰਿੰਦਰ ਹੀਰਾ ਅਤੇ ਸੁਖਵਿੰਦਰ ਹੀਰਾ ਆਸਟ੍ਰੇਲੀਆ ਤੋਂ 5,000 ਰੁਪਏ, ਅਜੇ ਅਤੇ ਗਗਨਜੀਤ ਹੁਸੈਨ ਚੱਕ 1,100 ਰੁਪਏ, ਸੰਦੀਪ ਹੀਰਾ ਮਨਦੀਪ ਹੀਰਾ ਅਤੇ ਪ੍ਰਦੀਪ ਹੀਰਾ ਸਨ ਆਫ ਬਲਵੀਰ ਸਿੰਘ ਹੀਰਾ ਮਜ਼ਾਰਾ ਰਾਜਾ ਸਾਹਿਬ 11,000 ਰੁਪਏ, ਗੋਪਤਦਾਨ 100 ਰੁਪਏ, ਗਿਆਨ ਸਿੰਘ ਸਨ ਆਫ ਮੀਹਾ ਸਿੰਘ ਮਜ਼ਾਰਾ ਰਾਜਾ ਸਾਹਿਬ 3,100 ਰੁਪਏ, ਗੋਪਤਦਾਨ 711 ਰੁਪਏ, ਤੇਜਿੰਦਰ ਸਿੰਘ ਬਿੱਟੂ ਮਜ਼ਾਰਾ ਰਾਜਾ ਸਾਹਿਬ 500 ਰੁਪਏ, ਰਕੇਸ਼ ਕੁਮਾਰ 500 ਰੁਪਏ, ਮਨਜੀਤ ਸਿੰਘ ਦੇ ਬੱਚੇ ਵੱਲੋਂ ਮਜ਼ਾਰਾ ਰਾਜਾ ਸਾਹਿਬ 11,000 ਰੁਪਏ, ਸੁਰਜੀਤ ਸੁਰਿੰਦਰ ਸਿੰਘ ਭੋਗਲ 11,000 ਰੁਪਏ, ਸ਼ਿੰਗਾਰਾ ਸਿੰਘ ਸਨ ਆਫ ਰਤਨ ਸਿੰਘ ਪਠਾਨਕੋਟ 1,200 ਰੁਪਏ, ਹਰਦੀਪ ਕੌਰ ਵਾਈਫ ਆਫ ਮੋਤਾ ਸਿੰਘ ਉੱਪਲ ਡਾਕਟਰ ਆਫ ਮਹਿੰਦਰ ਸਿੰਘ 11,000 ਰੁਪਏ, ਸਰਜੀਤ ਰਾਮ ਲੰਗੇਰੀ 500 ਰੁਪਏ, ਜਗਿੰਦਰ ਰਾਮ ਮੂਸਾਪੁਰ 500 ਰੁਪਏ, ਹਰੀਦੇਵ ਇੰਗਲੈਂਡ ਨਿਵਾਸੀ 1,100 ਰੁਪਏ, ਹਰਦੇਵ ਸਿੰਘ ਸਿਆਣ 500 ਰੁਪਏ, ਜੋਗਾ ਸਿੰਘ ਸਿਆਣ 500 ਰੁਪਏ,
ਚਰਨਜੀਤ ਸਿੰਘ ਸਿਆਣ 1000 ਰੁਪਏ, ਗੋਪਤ ਦਾਨ 500 ਰੁਪਏ, ਦਾਰਾ ਸਿੰਘ ਮਜ਼ਾਰਾ ਰਾਜਾ ਸਾਹਿਬ 200 ਰੁਪਏ, ਪੱਪੂ ਚਾਲੀਆ ਗੁਣਾਚੌਰ 100 ਰੁਪਏ, ਤਰਸੇਮ ਸਿੰਘ ਮਜ਼ਾਰਾ ਰਾਜਾ ਸਾਹਿਬ 1100 ਰੁਪਏ, ਪਰਮਜੀਤ ਸਿੰਘ ਹੁਸ਼ਿਆਰਪੁਰ 1100, ਚੈਨ ਸਿੰਘ ਫੌਜੀ ਮਜ਼ਾਰਾ ਰਾਜਾ ਸਾਹਿਬ 100 ਰੁਪਏ, ਨਰੇਸ਼ਪਾਲ ਸੋਨੂ ਬਲਵੀਰ ਚੰਦ ਵਾਸੀ ਮਜ਼ਾਰਾ 9 ਬਾਦ, ਲੰਗਰ ਦੀ ਸੇਵਾ 14,500, ਬਲਵੀਰ ਸਿੰਘ 500, ਪੰਮਾ ਪੱਪੂ ਸਨ ਆਫ ਪਾਖਰ ਰਾਮ ਲਾਖਾ 73,000 ਰੁਪਏ, ਹਰਮੇਸ਼ ਰਾਣੀ ਵਾਈਫ ਆਫ ਹਰਦੀਪ ਲਾਲ ਪਿੰਡ ਕਰਨਾਣਾ USA ਨਿਵਾਸੀ, ਗੋਪਤ ਦਾਨ 2000 ਰੁਪਏ, ਰਾਜਕੁਮਾਰ ਖਟਕੜ ਕਲਾਂ 510 ਰੁਪਏ, ਸੁਰਿੰਦਰ ਸਿੰਘ ਸਾਬਕਾ ਸਰਪੰਚ ਮਜ਼ਾਰਾ ਰਾਜਾ ਸਾਹਿਬ 100 ਰੁਪਏ, ਕਮਲਜੀਤ ਮਜ਼ਾਰਾ ਰਾਜਾ ਸਾਹਿਬ 1100 ਰੁਪਏ, ਗੋਪਤ ਦਾਨ 100 ਰੁਪਏ, ਮਾਸਟਰ ਮਨਜੀਤ ਸਿੰਘ 250 ਰੁਪਏ। ਸੋ ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈ ਰਾਜਾ ਸਾਹਿਬ ਉਹ ਖਜ਼ਾਨੇ ਭਰਪੂਰ ਕਰੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਸੋ ਹੁਣ ਬੱਚੀ ਅੰਜਲੀ ਅਤੇ ਉਸਦੇ ਬ੍ਰਦਰ ਆਪ ਜੀ ਨੂੰ 5 ਮਿੰਟ ਵਾਸਤੇ ਰਾਜਾ ਸਾਹਿਬ ਦੀ ਇੱਕ ਰਚਨਾ ਸੁਣਾਉਣਗੇ। ਉਸ ਤੋਂ ਬਾਅਦ 2 ਛੋਟੇ ਜਿਹੇ ਬੱਚੇ ਪ੍ਰਭ ਨੂਰ ਸਿੰਘ ਅਤੇ ਉਸਦਾ ਬ੍ਰਦਰ 5 ਮਿੰਟ ਵਾਸਤੇ ਉਹ ਆਪ ਜੀ ਦੀ ਸੇਵਾ ਕਰਨਗੇ। ਧੰਨ ਧੰਨ ਸ੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦੀ 75ਵੀਂ ਬਰਸੀ ਮਨਾ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਨਾਮ ਕਮਲ ਰਾਜਾ ਸਾਹਿਬ ਜੀ ਭਗਵਾਨ ਬਲਾਸ ਗ੍ਰੰਥ ਵਿੱਚ ਇਉਂ ਬਿਆਨ ਕਰਦੇ ਹਨ, ਹੋ ਪ੍ਰਣਾਮ ਕਰੋ ਗੁਰ ਕੋ, ਗੁਰਵਾਜ ਨਮਾਨ ਤੇ ਔਰਨ ਕੋ, ਗੁਰਦਾਤਾ ਪਇਓ ਜਗ ਅੰਤਰ ਹੈ, ਗੁਰਦਾਨ ਦਿਓ ਮਨ ਸੌਰਨ ਕੋ, ਸਭ ਦੇਵਤ ਹੈ ਸਭ ਹੀ ਸੁਰ ਕੋ, ਓ ਚਾਹਤ ਹੈ ਮਨ ਜੋਰਨ ਕੋ, ਦਾਸ ਭਗਵਾਨ ਜੈ ਪਾਪ ਤਰੈ, ਗੁਰ ਸੀਸ ਮਾਤੇ ਠੋਰਨ ਤੋ, ਏ ਮੇਲਾ ਦੋ ਕੜੀਆਂ ਜਗ ਤੇ ਬਾਰ ਬਾਰ ਨੀ ਆਉਣਾ, ਏ ਮੇਲਾ ਦੋ ਕੜੀਆਂ ਜਗ ਤੇ ਬਾਰ ਬਾਰ ਨੀ ਆਉਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ, ਲੱਖਾਂ ਸੇਵਕ ਰਾਜੇ ਦੇ ਅਸਾਨੇ ਦੇਖੇ ਨਾਮ ਤੇ ਆਉਂਦੇ, ਆ ਕੇ ਵਿੱਚ ਉਪਦੇਸ਼ਾਂ ਚੋਂ ਜਿਹੜੇ ਦੀਰ ਰਾਜੇ ਦੀ ਪਾਉਂਦੇ, ਦੇਖੀ ਦਰਸ਼ਨ ਕਰਕੇ ਤੂੰ ਤੋ ਜ਼ਿੰਦਗੀ ਦਾ ਤੋਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ, ਜੋ ਦਰ ਤੇ ਆਉਂਦੇ ਨੇ ਖੁਸ਼ੀਆਂ ਨਾਲ ਚੋਲੀਆਂ ਭਰਦੇ, ਪਾਪਾਂ ਦੀ ਪੰਡ ਲੈ ਗਈ ਜਿਹੜੇ ਸਿਰ ਚਰਨਾਂ ਵਿੱਚ ਧਰਦੇ, ਬਿੱਲ ਲੰਘ ਨਾ ਜਾਵੇ ਨਾ ਪਿੱਛਿਓਂ ਪੈ ਜੇ ਨਾ ਪਛਤਾਉਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ, ਦਾਤੇ ਰਾਜਾ ਸਾਹਿਬ ਵਰਗੇ ਦੇ ਗਏ ਸਾਨੂੰ ਚੰਗੀ ਸਿੱਖਿਆ, ਭਗਵਾਨ ਪਲਾਸ ਪੜੋ ਜਿਹੜਾ ਹੱਥੀ ਰਾਜੇ ਨੇ ਲਿਖਿਆ, ਕਰ ਸੇਵਾ ਰਾਜੇ ਦੀ ਸੰਗਤੇ ਜੇ ਹੈ ਦਰਸ਼ਨ ਪਾਉਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ, ਜੀਵਨ ਅਨਮੋਲ ਬੜਾ ਇਹਨੂੰ ਪੋਗੇ ਨਸੀਬਾਂ ਵਾਲਾ, ਗੱਲਾਂ ਸੱਚੀਆਂ ਲਿਖਦਾ ਏ ਬੱਗਾ ਸੇ ਲਗਿਆੜੇ ਵਾਲਾ, ਦੇਖੀ ਚੌਂਕੀ ਭਰ ਕੇ ਤੂੰ ਤੇਰਾ ਮੁੱਕ ਜਾਉ ਰੋਣਾ ਤੋਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ, ਕਰ ਬੰਦਗੀ ਰਾਜੇ ਦੀ ਜੇ ਤੂੰ ਜੀਵਨ ਸਫਲ ਬਣਾਉਣਾ।
ਜੈ ਰਾਜੇ ਦੀ ਬੋਲੋ ਸੰਗਤ ਲਾਉਂਦੀ ਪਈ ਜੈਕਾਰੇ ਜੈ ਰਾਜੇ ਦੀ ਬੋਲੋ ਸੰਗਤ ਲਾਉਂਦੀ ਪਈ ਜੈਕਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਸ਼ਕਤੀ ਤੋਂ ਬਲਹਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਸ਼ਕਤੀ ਤੋਂ ਬਲਹਾਰੇ ਵਿੱਚ ਬੱਲੋ ਆਲ ਸੰਗ ਤੇ ਆ ਗਈ ਨੂਰੀ ਜੋਤ ਨਿਰਾਲੀ ਜਿੱਤੇ ਜਨਮ ਤਾਰਿਆ ਜੀ ਉਹ ਹੈ ਧਰਤੀ ਭਾਗਾਂ ਵਾਲੀ ਜਿਹੜੇ ਦਾਰੀ ਤੇ ਚੁੱਕ ਜਾਂਦੇ ਉਹਨਾਂ ਦੇ ਹੁੰਦੇ ਪਾਰ ਉਤਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਜਗਦੀ ਤੋਂ ਬਲਹਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਜਗਤੀ ਤੋਂ ਬਲਹਾਰੇ ਕਿਤੇ ਲੰਗਰ ਚੱਲਦੇ ਨੇ ਕਿਤੇ ਚੱਲਦੀਆਂ ਦੇ ਖਸ਼ਵੀਲਾ ਕਿਤੇ ਗੌਣ ਗਵਈਏ ਜੀ ਕਿਤੇ ਭਜਣ ਰਜਾਏ ਦੀਆਂ ਰੀਲਾਂ ਆਉਂਦਾ ਨਗਰ ਕੀਰਤਨ ਵੇਖੋ ਜਿੱਥੇ ਵੱਜਦੇ ਢੋਲ ਨਗਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਜਗਤੀ ਤੋਂ ਬਲਹਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਜਗਤੀ ਤੋਂ ਬਲਹਾਰੇ ਪਿੰਡ ਝਿੰਗੜਾਂ ਵਿੱਚ ਦੇਖੋ ਜਿੱਥੇ ਹਰ ਪਾਸੇ ਰੁਸ਼ਨਾਈ ਪਿੰਡ ਵਿੱਚ ਮਿਆਰੇ ਦੇ ਰਾਜਾ ਸਾਹਿਬ ਨਰੌਣ ਕਲਾਈ ਭਾਗਾਂ ਵਾਲੀਆਂ ਸੰਗਤਾਂ ਨੇ ਜਿਨ੍ਹਾਂ ਨੇ ਕੀਤੇ ਦਰਸ ਦੀਦਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਜਗਤੀ ਤੋਂ ਬਲਹਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਜਗਤੀ ਤੋਂ ਬਲਹਾਰੇ ਨਾਮ ਜਪਣ ਵਾਲੇ ਤਰ ਜਾਂਦੇ ਜਿਨ੍ਹਾਂ ਤੇ ਹੋ ਜਾਏ ਨਜ਼ਰ ਸੋਹਲੀ ਬੱਗੇ ਭਰ ਕੇ ਸੇਵਕਾਂ ਨੇ ਦੇਖੋ ਦਰ ਰਾਜੇ ਦੀ ਮੱਲੀ ਧੰਨ ਪੂਰਨ ਦਾਸ ਜੀ ਨੇ ਕੀਤੇ ਦੁਖੀਆਂ ਦੇ ਛੁਟਕਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਜਗਦੀ ਤੋਂ ਬਲਹਾਰੇ ਧੰਨ ਰਾਜਾ ਸਾਹਿਬ ਜੀ ਦੇ ਜਾਮਾ ਜਗਦੀ ਤੋਂ ਬਲਹਾਰੇ ਬੋਲੇ ਸੋ ਨਿਹਾਲ ਸਾਚੀਆ ਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਇਹ ਸਨ ਛੋਟੀ ਜਿਹੀ ਬੱਚੀ ਅੰਜਲੀ ਅਤੇ ਉਸਦੇ ਭਰਾ ਪਿੰਡ ਝਿੰਗੜਾਂ ਤੋਂ ਜਿਨ੍ਹਾਂ ਨੇ ਆਪ ਜੀ ਨੂੰ ਰਾਜਾ ਸਾਹਿਬ ਦਾ ਇਤਿਹਾਸ ਸੁਣਾਇਆ ਰਾਜਾ ਸਾਹਿਬ ਦੀ ਸ਼ਕਤੀ ਬਾਰੇ ਦੱਸਿਆ ਸੋ ਪੰਜ ਮਿੰਟ ਵਾਸਤੇ ਇੱਕ ਰਚਨਾ ਪ੍ਰਭਨੂਰ ਸਿੰਘ ਅੱਜ ਦੋ ਛੋਟੇ ਬੱਚੇ ਆ ਸਿਰਫ ਇੱਕ ਰਚਨਾ ਆਪ ਜੀ ਨਾਲ ਸਾਂਝੀ ਕਰਨਗੇ ਸੋ ਉਹਨਾਂ ਤੋਂ ਬਾਅਦ ਇੱਕ ਲਿਸਟ ਪੜ੍ਹੀ ਜਾਊਗੀ ਉਹਨਾਂ ਤੋਂ ਬਾਅਦ ਗਿਆਨੀ ਗੁਰਦਿਆਲ ਸਿੰਘ ਜੀ ਲਖਪੁਰ ਵਾਲੇ ਉਹਨਾਂ ਤੋਂ ਬਾਅਦ ਗਿਆਨੀ ਗੁਰਦੀਪ ਸਿੰਘ ਜੀ ਉੜਾਪੜ ਵਾਲੇ ਅਤੇ ਲਾਸਟ 'ਤੇ ਗਿਆਨੀ ਪੰਡਿਤ ਸੋਮਨਾਥ ਜੀ ਰੋਡਿਆਂ ਵਾਲੇ ਗੁਰੂ ਦੀ ਸਾਜੀ ਨੀ ਵਾਜੀ ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਸਾਹਿਬ ਜੀ ਫਰਮਾਉਂਦੇ ਨੇ ਧੰਨ ਧੰਨ ਮਾਣਸ ਤੇ ਜਗ ਮੈਂ ਜਿਨੀ ਕਰਮ ਸੋ ਕਿਰਤ ਕਿਰਤ ਕਮਾਏ ਸਫਲ ਸਰੀਰ ਭਇਓ ਤਿਨਕਾ ਜਿਨੀ ਏ ਕਦਵੈ ਪਚਿਤ ਰੜਾਏ ਆਤਮ ਰਸ ਲੀਓ ਤਿੰਨੈ ਜਿਨ ਅੰਦਰ ਵਿਰਧ ਧਿਆਨ ਲਗਾਏ ਨਿਰਮਲ ਜੋਤ ਜਗੀ ਗੜ ਭੀਤਰ ਦਾਸ ਭਗਵਾਨ ਹੈ ਦਰਸ਼ਨ ਪਾਏ ਸਾਹਿਬ ਜੀ ਕਹਿੰਦੇ ਨੇ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਭੁੱਲਿਆਂ ਨੂੰ ਰਾਹੇ ਪਾਉਣ ਲਈ ਦੁਨੀਆਂ ਨੂੰ ਤਾਰਨ ਲਈ ਪਿਤਾ ਬਾਬਾ ਮੰਗਲਦਾਸ ਅਤੇ ਮਾਤਾ ਸਾਹਿਬ ਦੇ ਜੀ ਕੁੱਖੋਂ ਜੈ ਨਾਨਕੇ ਨਗਰ ਬੱਲੋਵਾਲ ਵਿਖੇ ਤਨ ਤਨ ਸ਼੍ਰੀ ਨਾਵ ਕਮਰ ਰਾਏ ਸਾਹਿਬ ਜੀ ਨੇ ਜਨਮ ਲਿਆ ਉਸ ਸਮੇਂ ਅਸੀਂ ਸਰਦਾਰ ਬਲਿਹਾਰ ਸਿੰਘ ਸੋਢੀ ਲਿਖਤ ਹੇ ਇਹੋ ਬਿਆਨ ਕੀਤੀ ਜਾ ਰਹੀ ਹੈ ਰਾਜਾ ਸਾਹਿਬ ਜੀ ਨੇ ਲਿਆ ਅਵਤਾਰ ਦੁਨੀਆਂ ਨੂੰ ਤਾਰਨ ਲਈ ਜੀ ਦੁਨੀਆਂ ਨੂੰ ਤਾਰਨ ਲਈ ਰਾਜਾ ਸਾਹਿਬ ਜੀ ਨੇ ਲਿਆ ਅਵਤਾਰ ਦੁਨੀਆਂ ਨੂੰ ਤਾਰ
ਸੱਤ ਫਗਣ ਦਿਨ ਐਤਵਾਰ ਜਦ ਆਇਆ ਬੱਲੋਵਾਲ ਦੀ ਧਰਤੀ ਤਾਈ ਬਾਗ ਪ੍ਰੀਤਮ ਲਾਇਆ ਸਾਧ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਆ ਕਿ ਸੰਗਤ ਦੇ ਬਟੂਏ ਨਿਕਾਲੇ ਜਾ ਰਹੇ ਨੇ ਸੋ ਆਪੋ ਆਪਣੇ ਬਟੂਏ ਸਾਂਭ ਕੇ ਰੱਖੋ ਸਾਡੇ ਕੋਲ ਇੱਕ ਵੀਰ ਆਇਆ ਉਸਦਾ ਬਟੂਆ ਕਿਤੇ ਗੁੰਮ ਹੋ ਗਿਆ ਅਗਰ ਕਿਸੇ ਨੂੰ ਮਿਲਦਾ ਤਾਂ ਬਟੂਆ ਸਟੇਜ 'ਤੇ ਉੱਪਰ ਦਾ ਕਰ ਦੇਵੇ ਪੈਸੇ ਬਿਸ਼ੱਕ ਰੱਖ ਲਵੇ ਕਾਗਜ਼ ਪੱਤਰ ਦੇ ਜਾਵੇ ਇੱਦਾਂ ਹੀ ਸਾਡੀ ਇੱਕ ਭੈਣ ਦਾ ਗ੍ਰੀਨ ਕਾਰਡ ਆ ਮਾਲਗੈਲ ਤੋਂ ਅਨੁਰਾਧਾ ਰਾਣੀ ਜੇ ਕਿਸੇ ਨੂੰ ਵੀ ਉਹਨਾਂ ਦਾ ਗ੍ਰੀਨ ਕਾਰਡ ਮਿਲਦਾ ਉਹ ਵੀ ਸਟੇਜ 'ਤੇ ਉੱਪੜਦਾ ਕਰ ਦੇਣ ਸੋ ਬਹੁਤ ਧੰਨਵਾਦੀ ਹੋਵਾਂਗੇ ਹੁਣ ਸਾਡੇ ਪਿੰਡ ਜੋ ਮਹਾਰਾਜ ਜੀ ਦੇ ਸੇਵਕ ਪੰਡਿਤ ਦਵਿੰਦਰ ਕੁਮਾਰ ਸ਼ਰਮਾ ਅਮਰੀਕਾ ਵਿੱਚ ਵੱਸਦੇ ਨੇ ਉਹਨਾਂ ਵੱਲੋਂ ਇਕੱਤਰ ਕਰਕੇ ਮਾਇਆ ਜੋ ਭੇਜੀ ਗਈ ਆ ਉਹਨਾਂ ਦੇ ਨਾਮ ਸਤਨਾਮ ਸਿੰਘ ਤੁਹਾਨੂੰ ਦੱਸਣਗੇ ਸੋ ਉਹਨਾਂ ਤੋਂ ਬਾਅਦ ਗਿਆਨੀ ਗੁਰਦਿਆਲ ਸਿੰਘ ਜੀ ਲੱਖੋਰ ਵਾਲੇ ਤਿਆਰ ਰਹਿਣ ਸਾਡੇ ਪਾਸ ਅਮਰੀਕਾ ਤੋਂ ਔਰ ਕਨੇਡਾ ਤੋਂ ਸਾਡੇ ਹੀ ਪਿੰਡ ਦੇ ਜੋ ਕਿ ਸਾਡੇ ਤੋਂ ਪਹਿਲਾਂ ਲੰਮਾ ਸਮਾਂ ਹੀ ਉਹਨਾਂ ਨੇ ਸਟੇਜ ਦੀ ਸੈਕਟਰੀ ਵੀ ਕੀਤੀ ਹੈ ਸਰਦਾਰ ਦਵਿੰਦਰ ਸ਼ਰਮਾ ਜੀ ਉਹਨਾਂ ਵੱਲੋਂ ਕਨੇਡਾ ਔਰ ਅਮਰੀਕਾ ਤੋਂ ਮਾਇਆ ਜੋ ਇਕੱਠੀ ਕਰਕੇ ਇੱਥੇ ਸਾਡੇ ਹੋਸਪਿਟਲ ਵਾਸਤੇ ਔਰ ਸ਼੍ਰੀ ਨਾਗ ਕੁਮਾਰ ਰਾਜਾ ਸਾਹਿਬ ਜੀ ਦੇ ਲੰਗਰਾਂ ਵਾਸਤੇ ਇਮਾਰਤਾਂ ਵਾਸਤੇ ਭੇਜੀ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਦਵਿੰਦਰ ਸ਼ਰਮਾ ਗੌਰਵ ਸ਼ਰਮਾ ਅਤੇ ਕਮਲ ਸ਼ਰਮਾ ਮਜ਼ਾਰਾ ਰਾਜਾ ਸਾਹਿਬ 51,100 ਨੀਰਜ ਸ਼ਰਮਾ ਕਰਨ ਸ਼ਰਮਾ ਗੈਰੀ ਸ਼ਰਮਾ ਸ਼੍ਰੀ ਗੰਗਾਨਗਰ 31,200 ਰੁਪਏ ਗੁਰਮੁਖ ਸਿੰਘ ਗਿੱਲ ਸਨਮ ਸਰਦਾਰ ਚੈਨ ਸਿੰਘ ਜੀ ਗਿੱਲ ਸਾਬਕਾ ਸਰਪੰਚ ਸਾਹਿਬ ਉਹਨਾਂ ਦੇ ਬੇਟੇ ਨੇ ਮਜ਼ਾਰਾ ਰਾਜਾ ਸਾਹਿਬ ਤੋਂ
6,200 रुपए कश्मीर सिंह गिल ਅਤੇ ਪਰਿਵਾਰ ਮਜ਼ਾਰਾ ਰਾਜਾ ਸਾਹਿਬ 31,200 ਰੁਪਏ ਚੂੜ ਸਿੰਘ ਗਿੱਲ ਜੋ ਕਿ ਸਾਡੇ ਹੀ ਪਰਿਵਾਰ ਦੇ ਸਾਡੇ ਚਾਚਾ ਜੀ ਨੇ ਮਜ਼ਾਰਾ ਰਾਜਾ ਸਾਹਿਬ 31,200 ਰੁਪਏ ਅਜੀਤ ਸਿੰਘ ਸਿਆਣ ਅਤੇ ਪਰਿਵਾਰ ਮਜ਼ਾਰਾ ਰਾਜਾ ਸਾਹਿਬ 6,200 ਰੁਪਏ ਪਾਲ ਸਿੰਘ ਗਿੱਲ ਸਪੁੱਤਰ ਦਿਲਵਾਗ ਸਿੰਘ ਗਿੱਲ ਮਜ਼ਾਰਾ ਰਾਜਾ ਸਾਹਿਬ 31,200 ਰੁਪਏ ਗੁਲਵਰਗ ਸਿੰਘ ਸਪੁੱਤਰ ਲਕਸ਼ਮਣ ਸਿੰਘ ਖੇੜਾ 3,100 ਰੁਪਏ ਗੁਰਮੇਜ ਕੌਰ ਸਪੁੱਤਰੀ ਰਤਨ ਸਿੰਘ ਪੱਲੀਆਂ 3,100 ਰੁਪਏ ਓਂਕਾਰ ਸਿੰਘ ਸਪੁੱਤਰ ਦਲਜੀਤ ਸਿੰਘ ਹੇੜੀਆਂ 3,100 ਰੁਪਏ ਪਰਸ਼ੋਤਮ ਲਾਲ ਸਪੁੱਤਰ ਹੀਰਾ ਸਪੁੱਤਰ ਜਾਗਰ ਸਿੰਘ ਹੀਰਾ ਮਜ਼ਾਰਾ ਰਾਜਾ ਸਾਹਿਬ 6,200 ਰੁਪਏ ਸੰਤੋਖ ਸਿੰਘ ਸਪੁੱਤਰ ਭਗਤ ਸਿੰਘ ਘਟਾਰੋਂ 9,300 ਰੁਪਏ ਪਰਮਜੀਤ ਸਿੰਘ ਰੰਗੂਵਾਲ 3,100 ਰੁਪਏ ਜੋਗਾ ਸਿੰਘ ਭੋਗਲ ਗੁਰਿੰਦਰ ਸਿੰਘ ਭੋਗਲ ਸਪੁੱਤਰ ਬਲਵੀਰ ਸਿੰਘ ਭੋਗਲ ਪਰਿਵਾਰ ਵੱਲੋਂ ਮਜ਼ਾਰਾ ਰਾਜਾ ਸਾਹਿਬ 28,500 ਰੁਪਏ ਸਪੁੱਤਰ ਗਪਤਦਾਨ ਮਜ਼ਾਰਾ ਰਾਜਾ ਸਾਹਿਬ 14,300 ਰੁਪਏ ਸੁਰਿੰਦਰ ਕੌਰ ਗਿੱਲ ਸਪੁੱਤਰੀ ਮੋਹਨ ਸਿੰਘ ਗਿੱਲ ਮਜ਼ਾਰਾ ਰਾਜ ਸਾਹਿਬ 1,200 ਰੁਪਏ ਜਸਵਿੰਦਰ ਕੌਰ ਸਪੁੱਤਰੀ ਅਜਮੇਰ ਸਿੰਘ ਪੂਨੀ ਦੁਸਾਂਝ ਕੌਰ 6,000 ਰੁਪਏ ਪਰਮਜੀਤ ਕੌਰ ਸਪੁੱਤਰੀ ਦਲਜੀਤ ਸਿੰਘ ਛੋਕਰ ਪੂਨੀਆ 9,600 ਰੁਪਏ ਹਰਪ੍ਰੀਤ ਸਿੰਘ ਕਾਲਸੀ ਸਪੁੱਤਰ ਹੰਸ ਸਿੰਘ ਗੋਸਲਾ 9,600 ਰੁਪਏ ਗੁਰਦੇਵ ਸਿੰਘ ਸੋਮਲ ਸਪੁੱਤਰ ਪਾਖਰ ਸਿੰਘ ਸੋਮਲ ਪੱਦੀ ਖਾਲਸਾ 5,200 ਰੁਪਏ ਹਰਵਿੰਦਰ ਸਿੰਘ ਪੂਨੀ ਸਪੁੱਤਰ ਅਜਮੇਰ ਸਿੰਘ ਪੂਨੀ ਦੁਸਾਂਝ ਕੌਰ 1,200 ਰੁਪਏ ਹਰਵਿੰਦਰ ਸਿੰਘ ਪੂਨੀ ਸਪੁੱਤਰ ਅਜਮੇਰ ਸਿੰਘ ਪੂਨੀ ਦੁਸਾਂਝ ਕੌਰ 1,200 ਰੁਪਏ ਹਰਦੇਵ ਸਿੰਘ ਗਿੱਲ ਸਪੁੱਤਰ ਜੋਗਿੰਦਰ ਸਿੰਘ ਗਿੱਲ ਮਜ਼ਾਰਾ ਰਾਜਾ ਸਾਹਿਬ 9,600 ਰੁਪਏ ਗੋਪਤਦਾਨ 92,400 ਰੁਪਏ ਸਤਵੰਤ ਸਿੰਘ ਕੰਦੋਲਾ ਅਤੇ ਪਰਿਵਾਰ ਮੂਸਾਪੁਰ 6,200 ਰੁਪਏ ਹਰਵੰਤ ਸਿੰਘ ਕੰਦੋਲਾ ਮੂਸਾਪੁਰ 6,200 ਰੁਪਏ ਸਿਮਰ ਕੌਰ ਕੰਦੋਲਾ ਮੂਸਾਪੁਰ 3,100 ਰੁਪਏ ਰਮਨਦੀਪ ਸਿੰਘ ਸੁੰਦੜ 27 3,100 ਰੁਪਏ ਹਰਮਨਦੀਪ ਕੌਰ ਸੰਧੂ ਬੰਸੀ ਜਲਾਲ 4,400 ਰੁਪਏ ਲਖਵਿੰਦਰ ਸਿੰਘ ਗੜੀ 1,300 ਰੁਪਏ ਗੁਰਪ੍ਰੀਤ ਸਿੰਘ ਅਤੇ ਰਜਵਿੰਦਰ ਕੌਰ ਕੰਦੋਲਾ ਮੂਸਾਪੁਰ 2,000 ਰੁਪਏ ਵਰਿੰਦਰ ਸ਼ਰਮਾ ਪਰਿਵਾਰ ਕਰਨਾਣਾ 7,200 ਰੁਪਏ ਵਿਕਾਸ ਅਤੇ ਕਾਂਚਨ ਸ਼ਰਮਾ ਗੜੀ ਕਨੋਗੋ 6,200 ਰੁਪਏ ਦਵਿੰਦਰ ਸਿੰਘ ਸੀਮਾ ਸੈਂਡਲ ਬਿਡਰੋਂ 7,200 ਰੁਪਏ ਅਸ਼ੋਕ ਚੰਡਾ ਅਤੇ ਰਨੂ ਚੰਡਾ ਜਲੰਧਰ 1,000 ਰੁਪਏ ਗੋਪਤਦਾਨ 4,800 ਰੁਪਏ ਮੇਜਰ ਸਿੰਘ ਅਤੇ ਪਰਮਜੀਤ ਕੌਰ ਰੰਧਾਰਾਵਾ 2,400 ਰੁਪਏ ਤ੍ਰਿਲੋਚਨ ਸਿੰਘ ਮੰਝ ਠੱਕਰੋਵਾਲ 4,800 ਰੁਪਏ ਅਮਨਦੀਪ ਕੌਰ ਹਰਪਾਲ ਸਿੰਘ 2,400 ਰੁਪਏ ਵਿਵੇਕ ਕਬਲ ਕਰਤਾਰਪੁਰ 4,800 ਰੁਪਏ ਸੰਧੀਰ ਕੁਮਾਰ ਸ਼ਰਮਾ ਕਰਨਾਲਾ 6,200 ਰੁਪਏ ਵੀਰ ਸਿੰਘ ਯਾਦਵ ਦਿੱਲੀ 6,200 ਰੁਪਏ ਯਾਦਵ ਐਂਡ ਗੈਲ LAC ਸ਼ਟਲ 6,200 ਰੁਪਏ ਗੁਰਦਿਆਲ ਸਿੰਘ ਕਾਗਠੌਲੀ 12,400 ਅਮਰੀਕ ਸਿੰਘ ਕਾਗਠੌਲੀ 6,200 ਰੁਪਏ ਜਰਨੈਲ ਸਿੰਘ ਪ੍ਰਿਹਾਰ ਉੱਚਾ 12,400 ਰੁਪਏ ਪਾਰਸ ਸ਼ਰਮਾ ਕਪੂਰਥਲਾ 1,300 ਰੁਪਏ ਗੁਰਨਾਮ ਸਿੰਘ ਥਾਂਦੀ ਗੁਣਾਚੌਰ 12,400 ਰੁਪਏ ਕੁੰਦਨ ਸਿੰਘ ਥਾਂਦੀ ਗੁਣਾਚੌਰ 6,200 ਰੁਪਏ ਹਰਦੇਵ ਸਿੰਘ ਰਾਏ ਖੁਸਰੋਪੁਰ 6,200 ਰੁਪਏ ਭੀਮ ਸਿੰਘ ਗੋਲਨ ਅਤੇ ਪਰਿਵਾਰ ਹਰਿਆਣਾ 6,200 ਰੁਪਏ ਸ਼ਮਸ਼ੇਰ ਸਿੰਘ ਗੋਲਨ ਅਤੇ ਪਰਿਵਾਰ ਹਰਿਆਣਾ 6,200 ਰੁਪਏ ਮੁਕੇਸ਼ ਕੁਮਾਰ ਬਾਲੀਆ ਅਤੇ ਪਰਿਵਾਰ ਯੂਪੀ 15,500 ਰੁਪਏ ਅਮਰਜੀਤ ਸਿੰਘ ਸੈਲਨ ਅਤੇ ਪਰਿਵਾਰ ਰਾਜਪੁਰ ਭਾਈਆਂ 6,200 ਰੁਪਏ ਹਰੀ ਸ਼ਰਮਾ ਰਜੀਵ ਕੁਮਾਰ ਸ਼ਰਮਾ ਗੋਲਡੀ ਸ਼ਰਮਾ ਮਨੀਸ਼ ਸ਼ਰਮਾ ਅਤੇ ਜਸਪ੍ਰੀਤ ਸ਼ਰਮਾ ਪੰਗਲ ਕਲਾਂ 25,100 ਰੁਪਏ ਅਮਰੀਕ ਸਿੰਘ ਧਾਮੀ ਪੰਗਲ ਕਲਾਂ 7,800 ਰੁਪਏ ਸਰਬਜੀਤ ਸਿੰਘ ਨਿਊਯਾਰਕ ਲਾਈਫ ਚੰਡੀਗੜ੍ਹ 15,500 ਰੁਪਏ ਕੁਰਮੁਖ ਸਿੰਘ ਕੁੱਕੀ ਮਾਛੀਵਾੜਾ 6,200 ਰੁਪਏ ਸੁਰਿੰਦਰ ਸਿੰਘ ਮਾਨ ਮਾਨਾ 2,000 ਰੁਪਏ ਕਰਨੈਲ ਸਿੰਘ ਅਵਿਨਾਸ਼ ਕੌਰ ਅਮਨਦੀਪ ਕੌਰ ਹਰਪ੍ਰੀਤ ਸਿੰਘ ਗੁਰਪ੍ਰੀਤ ਕੌਰ ਜਸਮੀਨ ਪਰਿਹਾਰ ਕਰਨਾਣਾ 18,600 ਰੁਪਏ ਮੱਖਣ ਸਿੰਘ ਜਸਵੀਰ ਕੌਰ ਅਮਨਦੀਪ ਸਿੰਘ ਅੰਮ੍ਰਿਤਪਾਲ ਸਿੰਘ ਤਾਰਪੁਰ 31,200 ਰੁਪਏ ਬਲਵਿੰਦਰ ਸਿੰਘ ਮਨਿਹਾਸ ਪਦਿਆਣਾ 6,200 ਰੁਪਏ ਕੁਲਦੀਪ ਸਿੰਘ ਪਰਿਹਾਰ ਕਰਿਆਣਾ 6,200 ਰੁਪਏ ਸਤਪਾਲ ਸਿੰਘ ਪਰਿਹਾਰ ਕਰਿਆਣਾ 3,100 ਰੁਪਏ ਬਲਵੀਰ ਸਿੰਘ ਕਰਨਾਣਾ 6,200 ਰੁਪਏ ਗੋਪਤਦਾਨ 6,200 ਰੁਪਏ ਗੋਪਤਦਾਨ 6,200 ਰੁਪਏ ਗੋਪਤਦਾਨ 12,400 ਰੁਪਏ ਗੋਪਤਦਾਨ 14,600 ਰੁਪਏ ਅਖੰਡ ਪਾਠਾਂ ਦੀ ਸੇਵਾ 14,000 ਰੁਪਏ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਵਾਸਤੇ ਸੇਵਾ ਦਵਿੰਦਰ ਸ਼ਰਮਾ ਕਮਲ ਸ਼ਰਮਾ ਅਤੇ ਗੌਰਵ ਸ਼ਰਮਾ ਮਜ਼ਾਰਾ ਰਾਜਾ ਸਾਹਿਬ 1,100 ਰੁਪਏ ਗੋਪਤਦਾਨ 63,200 ਰੁਪਏ ਹਰਜਿੰਦਰ ਕੌਰ ਘੁੰਮਣ ਅਤੇ ਗੁਰਮੇਲ ਸਿੰਘ ਕੁਲਦੀਪ ਕੌਰ ਅਤੇ ਨਾਗਰੂਪ ਕੌਰ ਥਾਂਦੀ ਮਜ਼ਾਰਾ ਰਾਜਾ ਸਾਹਿਬ ਅਤੇ ਥਾਂਦੀਆਂ 46,500 ਰੁਪਏ ਰਾਜਵਿੰਦਰ ਕੌਰ ਅਤੇ ਨੀਤਨ ਮੁਰਾਲੀ ਥਾਂਦੀਆਂ 12,400 ਰੁਪਏ ਜਸਪਾਲ ਸਿੰਘ ਅਤੇ ਸੰਦੀਪ ਕੌਰ ਬਾੜ ਮਜ਼ਾਰਾ 15,500 ਰੁਪਏ
परमजीत सिंह राणा बाल मजारा 2400 रुपए। ये जो हस्पताल दे माया अरदास आई है ये कुल रकम हस्पताल की 2.5 लाख रुपया है, जो इस लिस्ट का कुल जोड़ है 10,03,561 रुपये ये बनती है। मैं इन्होंने भी दविंदर शर्मा ले गौरव शर्मा लिया सरदार गुरमुख सिंह होना ले सारे ही परिवार वालों सारे ही संगत वालों एक जकारा गाना चाहना बोले सोनिहाल राजा बली। हुण मैं बेनती करा सरदार गुरदयाल सिंह जी लखपुर वाले जो कि ढाडी जथा है उन्हां तो बाद गुरदीप सिंह जी उड़ापड़ वाले ते आखिरी समय है पंडित सोमनाथ जी रोडियां वाले दा। आओ जी लखपुर वाले साध संग जी चुप का दान बख्शो। जिहड़े वीर प्रशाद बरता रहे आ उन्हां नूं भी बेनती आ कि वह शांति दे नाल प्रशाद बरताउण। सो ज्ञानी गुरदयाल सिंह जी लखपुर वालियां नूं आप जी की अद्धे घंटे वास्ते सेवा करनगे। इन्हां तों बाद ज्ञानी गुरदीप सिंह जी अड़प्पड़ वाले तैयार रहन। वाहगुरू वाहगुरू।
ਸੋਮਾ ਅਮਰਤ ਦਾ ਗੁਰੂ ਨਾਨਕ ਦੀ ਬਾਣੀ ਸੋਮਾ ਅਮਰਤ ਦਾ ਸ਼ਹੀਦਾਂ ਦੇ ਸਰਤਾਜ ਸੁਖਣੀ ਸਾਹਿਬ ਦੀ ਬਾਣੀ ਵਿੱਚ ਕਰਦੇ ਨੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਮਹੇਸ਼ਰ ਕਹਿੰਦੇ ਨੇ ਸ਼ਿਵ ਜੀ ਨੂੰ ਮਹੇਸ਼ ਨੂੰ ਕਹਿਣ ਤੋਂ ਭਾਵ ਕਿ ਜਿਹੜੇ ਬ੍ਰਹਮ ਗਿਆਨੀ ਨੇ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਗਿਆ ਉਹਨਾਂ ਨੂੰ ਮਹੇਸ਼ਰ ਵਰਗੇ ਵੀ ਖੋਜਦੇ ਫਿਰਦੇ ਨੇ ਕੀ ਕਾਰਨ ਹੈ ਕਿ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਉਹ ਆਪ ਬ੍ਰਹਮ ਦਾ ਰੂਪ ਹੋ ਗਏ ਉਹ ਆਪ ਬ੍ਰਹਮ ਗਿਆਨੀ ਹੋ ਗਏ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਅਤੇ ਬ੍ਰਹਮ ਦੇ ਵਿੱਚ ਕੋਈ ਭੇਦ ਨਹੀਂ ਰਿਹਾ ਇਹ ਅਵਸਥਾ ਜਿਨ੍ਹਾਂ ਦੀ ਬਣ ਜਾਂਦੀ ਹੈ ਉਹ ਸਦਾ ਸੰਸਾਰ 'ਤੇ ਰਹਿੰਦੇ ਨੇ ਉਹ ਸੰਸਾਰ ਤੋਂ ਕਦੇ ਜਾਂਦੇ ਨਹੀਂ ਇੱਕ ਵਿਦਵਾਨ ਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦਾ ਇੱਥੇ ਬਿੰਬ ਵਰਤ ਕੇ
ਇੱਥੇ ਨਾਂ ਪੇਸ਼ ਕਰਕੇ ਕਵਿਤਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦਾ ਜਿਨ ਕੇ ਰਤ ਨੇਮ ਦਰਾਰਨ ਤੇ ਸਤ ਸਾਗਰ ਹੈ ਅਬਲੋ ਜਗ ਮਾਹੀ। ਕਹਿਣ ਤੋਂ ਭਾਵ ਕਹਿੰਦਾ ਇੱਕ ਰਾਜਾ ਸੀ ਜਿਹਦੇ ਰਥਾਂ ਦੇ ਪਹੀਆਂ ਦੇ ਨਾਲ ਸੰਸਾਰ ਦੇ ਉੱਤੇ ਸੱਤ ਸਮੁੰਦਰ ਬਣੇ। ਜਿਨ ਕੇ ਰਥ ਨੇਮ ਦਰਾਰਨ ਤੇ ਸੱਤ ਸਾਗਰ ਹੈ ਅਬਲੋ ਜਗ ਮਾਹੀ। ਜਿਨ ਚਾਪਨ ਗੋਸ਼ਨ ਕੇ ਬਲ ਤੇ ਸਭ ਸੈਲ ਬਟੋਰ ਧਰੇ ਤਰ ਮਾਹੀ। ਜਮ ਰਾਜ ਜਿੱਤੇ ਜਿਨਹੇ ਜਗਮੇ ਸੁਰ ਰਾਜ ਜਿੱਤੇ ਜਿਨਹੇ ਜਗਤੇ ਜਮ ਰਾਜ ਡਰੇ ਜਿਨ ਕੇ ਬਲ ਮਾਹੀ। ਮਨ ਮੂਰਖ ਤੇ ਜਗ ਨਾ ਰਹੇ ਕੋਈ ਔਰ ਕੋ ਕੌਣ ਰਹੇ ਜਗ ਮਾਹੀ। ਵੱਡੇ ਵੱਡੇ ਰਾਜੇ ਮਹਾਰਾਜੇ ਸੰਸਾਰ ਤੇ ਆਏ ਪਰ ਚਲੇ ਗਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਨੇ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਤੇਰ ਕਿਚਨੇ ਸੁਪਨੇ ਜਿਉ ਸੰਸਾਰ। ਇਹ ਸੰਸਾਰ ਸੁਪਨੇ ਦੀ ਨਿਆਈ ਹੈ। ਰਾਮ ਵਰਗੇ ਵੱਡੇ ਵੱਡੇ ਰਾਜੇ ਰਾਵਣ ਵਰਗੇ ਰਾਜੇ ਸੰਸਾਰ ਤੇ ਚਲੇ ਗਏ ਪਰ ਸੰਸਾਰ ਤੇ ਕੀ ਸਥਿਰ ਰਹਿੰਦਾ? ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੇ ਕਿਨ ਜਪਿਓ ਗੁਰਮੰਤ। ਇਹ ਕਿਸੇ ਆਮ ਵਿਦਵਾਨ ਦਾ ਕਥਨ ਨਹੀਂ, ਇਹ ਇਲਾਹੀ ਬਾਣੀ ਤੁਰਕੀ ਬਾਣੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜੇ ਸੰਸਾਰ ਤੇ ਨਾਮ ਜਪਦੇ ਨੇ, ਜਿਹੜੇ ਨਾਮ ਜਪਾਉਂਦੇ ਨੇ ਉਹ ਕਦੇ ਸੰਸਾਰ ਤੋਂ ਨਹੀਂ ਜਾਂਦੇ, ਉਹਨਾਂ ਦੇ ਵਿੱਚ ਹੀ ਮੋਹਲੀ ਕਤਾਰ ਦੇ ਵਿੱਚ ਨਾਂ ਆਉਂਦਾ ਹੈ। ਹਜ਼ੂਰ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਜਿਨ੍ਹਾਂ ਨੇ ਨਾਮ ਜਪਿਆ, ਇਸ ਧਰਤੀ ਦੇ ਚਰਨ ਪਾਏ, ਅੱਠ ਸਰ ਤੀਰਥ ਜਾਂ ਸਾਧ ਪੱਗ ਧਰੈ ਤੈਂ ਬਿਕੁੰਠ ਜਾਂ ਨਾਮ ਉੱਚੈ। ਜੇ ਕਿਤੇ ਸਾਧੂ ਦੇ ਚਰਨ ਪੈ ਜਾਣ, ਉਸ ਧਰਤੀ ਨੂੰ ਅਠਾਟਾ ਤੀਰਥਾਂ ਦੇ ਬਰਾਬਰ ਗੁਰਬਾਣੀ ਨੇ ਮੰਨਿਆ, ਪਰ ਜੇ ਕਿਤੇ ਨਾਮ ਜਪ ਦੇਣ, ਜੇ ਕਿਤੇ ਨਾਮ ਜਪਾ ਦੇਣ ਤੇ ਬਿਕੁੰਠ ਬਣ ਜਾਂਦਾ। ਸੱਚਮੁੱਚ ਇਹ ਮਜ਼ਾਰੇ ਦੀ ਧਰਤੀ ਜਿਹੜੀ ਕਿ ਅੱਜ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਮਜ਼ਾਰੇ ਦੇ ਨਾਲ ਜਾਣੀ ਜਾਂਦੀ ਹੈ, ਇਹ ਝੰਗੜਾਂ ਦੀ ਧਰਤੀ, ਇਹ ਬੱਲੋਵਾਣੇ ਦੀ ਧਰਤੀ, ਇਹ ਵੱਖ ਵੱਖ ਨਗਰਾਂ ਦੀ ਧਰਤੀ, ਸਗਲੀ ਧਰਤੀ ਸਾਧ ਕੀ, ਜਿੱਥੇ ਜਿੱਥੇ ਮਹਾਂਪੁਰਸ਼ਾਂ ਨੇ ਲੁਕਾਈ ਤੇ ਕਿਰਪਾ ਕੀਤੀ ਹੈ, ਆਪ ਨਾਮ ਜਪਿਆ ਤੇ ਜਪਾਇਆ। ਆ ਉਹਨਾਂ ਦੀਆਂ ਵਡਿਆਈਆਂ ਦੇ ਅੰਦਰ ਢਾਡੀ ਕਲਾ ਦੀ ਇੱਕ ਬਣਗੀ ਸਾਕਾ, ਨਕਪੁਰ ਵਾਲਾ ਢਾਡੀ ਜਥਾ ਆਪਦੀ ਸੇਵਾ ਦੇ ਪੇਸ਼ ਕਰਨ ਜਾ ਰਿਹਾ ਹੈ। ਆਓ ਪਿਆਰ ਨਾਲ ਸਰਵਣ
ਕਰਦੀ ਹਾਂ ਨਾਮ ਸਿਮਰਦੇ ਕਮਲ ਜੀ ਹੋ ਕਹਿੰਦੇ ਨਾਮ ਸਿਮਰਦੇ ਕਮਲ ਜੀ ਕਮਲ ਜੀ ਹਾਂ ਨਾਮ ਸਿਮਰਦੇ ਕਮਲ ਜੀ ਰਾਜਾ ਸਾਹਿਬ ਜੀ ਦੇ ਸਲਾਨਾ ਬਰਸੀ ਸਮਾਗਮਾਂ ਦੇ ਮੌਕੇ ਦੇ ਜਿੱਤੇ ਸੰਗਤਾਂ ਤਨ ਮਨ ਧਨ ਦੇ ਨਾਲ ਸੇਵਾ ਕਰ ਰਹੀਆਂ ਨੇ ਇਸ ਸਮਾਗਮ ਨੂੰ ਇਸ ਨਗਰ ਕੀਰਤਨ ਨੂੰ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਪ੍ਰੈਸ ਤੋਂ ਸਾਡੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਨੂਰਪੁਰ ਵਾਲੇ ਸਰਪੰਚ ਸਾਹਿਬ ਉਹਨਾਂ ਦੇ ਸਮੁੱਤਰ ਸਰਦਾਰ ਗੁਰਦਿਆਲ ਸਿੰਘ ਜੀ ਅਮਰੀਕਾ ਵਾਲੇ ਦੋਸਤੋ ਦਮੜਾ ਵਿਸ਼ੇਸ਼ ਤੌਰ 'ਤੇ ਮਾਇਆ ਕੀਰਤਨ ਭੇਟ ਕਰਕੇ ਗਏ। ਭਾਈ ਜਤਿੰਦਰ ਸਿੰਘ ਜੀ ਮੂਸਾਪੁਰ ਵਾਲੇ ਅਤੇ ਕਰਨ ਮਹਿਮੀ ਕਮਾਮ ਤੋਂ ਸਾਡੇ ਢਾਡੀ ਸ਼੍ਰੇਣੀ ਵਿੱਚੋਂ ਭਾਈ ਸੁਖਵਿੰਦਰ ਸਿੰਘ ਜੀ ਸੰਧੂ ਸੰਧਮਾ ਵਾਲੇ ਗਿਆਨੀ ਦਵਿੰਦਰ ਸਿੰਘ ਜੀ ਜੱਸੋ ਮਜਾਰਾ ਭਾਈ ਗੁਰਜੰਟ ਸਿੰਘ ਜੀ ਸਮਰਾਵਾਂ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਇਹਨਾਂ ਸਮਾਗਮਾਂ ਦੇ ਵਿੱਚ ਸੇਵਾ ਕੀਤੀ ਹੈ। ਭਾਈ ਸੁਰਿੰਦਰ ਸਿੰਘ ਜੀ ਪੁੱਕੜੀ ਵਾਲੇ ਪੁੰਨੀਆਂ ਤੋਂ ਸੰਗਤ ਆਈ ਹੈ, ਝਿੰਗੜਾਂ ਤੋਂ ਸੰਗਤ ਆਈ ਹੈ, ਵੱਖ ਵੱਖ ਤੱਕ ਗਿਆਨੀ ਗੁਰਦੀਪ ਸਿੰਘ ਜੀ ਰਾਪੜ ਵਾਲੇ ਆਪਣੀ ਤਿਆਰੀ ਕਰਦੇ ਆ। ਭਜਨ ਸਿੰਘ ਜੀ ਮੱਲੂ ਪੋਤਾ 500 ਰੁਪਏ, ਬਗੀਚਾ ਸਿੰਘ ਮਜਾਰਾ ਰਾਜਾ ਸਾਹਿਬ 1000 ਰੁਪਏ, ਗੁਰਮੇਸ਼ ਸਿੰਘ ਅਟਵਾਲ ਕੋਟਪੱਲੀਆਂ 500 ਰੁਪਏ, ਅਵਤਾਰ ਸਿੰਘ ਮਜਾਰਾ ਰਾਜਾ ਸਾਹਿਬ 1100 ਰੁਪਏ, ਰੇਸ਼ਮ ਸਿੰਘ 1100 ਰੁਪਏ, ਗੋਪਦਾਨ 2000 ਰੁਪਏ, ਮਨਦੀਪ ਸਿੰਘ 100 ਰੁਪਏ, ਰਾਮ ਸਿੰਘ ਮੱਲੂ ਪੋਤਾ 500 ਰੁਪਏ, ਰਜੇਸ਼ ਕੁਮਾਰ ਸਨ ਆਫ ਗਿਆਨ ਚੰਦ ਮਜਾਰਾ ਰਾਜਾ ਸਾਹਿਬ ਬੈਟਰਨ ਅਥਲੀਟ 500 ਰੁਪਏ, ਗੁਰਕੀਰਤ ਸਿੰਘ ਮਜਾਰਾ ਰਾਜਾ ਸਾਹਿਬ 500 ਰੁਪਏ, ਗੋਪਦਨ 100 ਰੁਪਏ। ਸੋ ਜਿਨ੍ਹਾਂ ਖਜ਼ਾਨੇ 'ਚੋਂ ਮਾਇਆ ਆਈ ਰਾਜਾ ਸਾਹਿਬ ਖਜ਼ਾਨੇ ਭਰਪੂਰ ਕਰੇ, ਉਹ ਖਜ਼ਾਨੇ ਦਿਨ ਰਾਤ ਦੁੱਗਣੀ ਚੌਗਣੀ ਤਰੱਕੀ ਕਰੇ। ਗਿਆਨੀ ਗੁਰਦੀਪ ਸਿੰਘ ਜੀ ਰਾਪੜ 20 ਮਿੰਟ ਵਾਸਤੇ ਆਪ ਦੀ ਸੇਵਾ ਕਰਨਗੇ। ਇਹਨਾਂ ਤੋਂ ਬਾਅਦ ਪੰਡਿਤ ਸੋਮਨਾਥ ਜੀ ਰੋਡਿਆਂ
ਮਿਠਾਸ ਸਾਡੇ ਭਾਓ ਰਾਜਾ ਜੀ ਬੰਦਗੀ ਦੀ ਖੈਰ ਚੋਲੀ ਭਾਓ ਰਾਜਾ ਜੀ ਸਾਡੇ ਉੱਤੇ ਕਰਮ ਕਮਾਓ ਰਾਜਾ ਜੀ ਬੰਦਗੀ ਦੀ ਖੈਰ ਚੋਲੀ ਭਾਓ ਰਾਜਾ ਜੀ ਬੰਦਗੀ ਦੀ ਖੈਰ ਚੋਲੀ ਭਾਓ ਰਾਜਾ ਜੀ ਜਿਨ੍ਹਾਂ ਰਾਹਾਂ ਰਾਜਾ ਸਾਹਿਬ ਜੀ ਦੇ ਧੂਰ ਉਹਨਾਂ ਰਾਹਾਂ ਦੀ ਜੋ ਬੜੀ ਅਕਸੀਰ ਏ ਜਿਹਦੇ ਕਣ ਕਣ ਨੂੰ ਤਰਸਦੀ ਲੁਕਾਈ ਸਾਰੀ ਪਾਕ ਮੁਕੱਦਸ ਜੋ ਧੂੜੀ ਬੇਨਜ਼ੀਰ ਏ ਜਿਸ ਦੀ ਚੌਖੜ ਉੱਤੇ ਮੰਗਤਾ ਹੈ ਜੱਗ ਸਾਰਾ ਜਿਸ ਦੀ ਚੌਖੜ ਉੱਤੇ ਮੰਗਤਾ ਹੈ ਜੱਗ ਸਾਰਾ ਝੋਲੀ ਅੱਡ ਖੜੇ ਕੀ ਗਰੀਬ ਤੇ ਕੀ ਅਮੀਰ ਏ ਰਾਜਾ ਸਾਹਿਬ ਫੜ ਕੇ ਕਲਮ ਬਿੱਧ ਮਾਤਾ ਵਾਲੀ ਰਾਜਾ ਸਾਹਿਬ ਫੜ ਕੇ ਕਲਮ ਬਿੱਧ ਮਾਤਾ ਵਾਲੀ ਸੇਵਕਾਂ ਦੀ ਲਿਖਦੇ ਜੋ ਖੁਦ ਤਕਦੀਰ ਏ ਆਓ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਬੰਦਗੀਵਾਨ ਆਤਮਾ ਧੰਨ ਧੰਨ ਹਜ਼ੂਰ ਸ਼੍ਰੀ ਰਾਜਾ ਸਾਹਿਬ ਨਾਭ ਕਮਲ ਮਹਾਰਾਜ ਜਿਨ੍ਹਾਂ ਦੀ 75ਵੀਂ ਬਰਸੀ ਮਨਾਈ ਜਾ ਰਹੀ ਹੈ ਆਪ ਭਾਗੇ ਬਾਣੀਆਂ ਬਵਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਗ ਅਨੁਸਾਰ ਹਰ ਸਾਲ ਨਤਮਸਤਕ ਹੁੰਦੇ ਹੋ ਪ੍ਰਬੰਧਕ ਸਾਹਿਬਾਨ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਧੰਤਾ ਦੇ ਯੋਗ ਹਨ ਆਹ ਮੈਂ ਸਟੇਜ ਦੀ ਪ੍ਰਾਰੰਭਤਾ ਕਰਦਿਆਂ ਹੋਇਆ ਉਸ ਪਰਮਪਿਤਾ ਮਰਦੇ ਮੁਜਾਹਿਦ ਸਾਹਿਬ ਕਮਾਲ ਕਲਗੀ ਤਰਤ ਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੇ ਖਾਲਸੇ ਨੂੰ ਹਰ ਮੈਦਾਨ ਫਤਿਹ ਬਖਸ਼ੇ ਕੀਤੀ ਹੈ ਆਹ ਫਤਿਹ ਸਾਂਝੀ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੱਲੋਂ ਬੜੇ ਸਤਿਕਾਰ ਆਇਆ ਗੁਰਾਇਆਂ ਤੋਂ ਸਾਡੇ ਪਰਮ ਮਿੱਤਰ ਸੁਰਿੰਦਰ ਸਿੰਘ ਜੀ ਰਾਣਾ ਸਤਿਕਾਰਯੋਗ ਮਾਸਟਰ ਮਲਕੀਤ ਸਿੰਘ ਜੀ ਲੱਲ ਝਿੰਗੜਾਂ ਵਾਲੇ ਗੁਰਦੇਵ ਸਿੰਘ ਜੀ ਦਰਦ ਜਿਹੜੇ ਆਪ ਸ਼ਾਇਰ ਹਨ ਕਵੀ ਹਨ ਵਿਦਵਾਨ ਹਨ ਸੁਖਵਿੰਦਰ ਸਿੰਘ ਘੋਲਾ ਕਨੇਡਾ ਨਿਵਾਸੀ ਕੰਗਰੌਰ ਤੋਂ ਸਭ ਤੋਂ ਪਹਿਲਾਂ ਆਪਣੇ ਜਥੇ ਸਮੇਤ ਆਪਦੇ ਰੂਬਰੂ ਸੇਵਾ ਕਰਕੇ ਗਏ ਨੇ ਸਿੱਖ ਪੰਥ ਦਾ ਇੰਟਰਨੈਸ਼ਨਲ ਢਾਡੀ ਅਦਾ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਲਖਪੁਰ ਵਾਲੇ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਝਿੰਗੜਾਂ ਵਾਲੇ ਉਹਨਾਂ ਵੱਲੋਂ ਬੜਾ ਸਤਿਕਾਰ ਆਇਆ ਹੈ ਪ੍ਰਬੰਧਕਾਂ ਵੱਲੋਂ ਸੰਗਤਾਂ ਵੱਲੋਂ ਸਤਿਕਾਰ ਆਇਆ ਹੈ ਬੇਸ਼ੱਕ ਸਮਾਂ 20 ਮਿੰਟ ਦਾ ਅਨਾਊਂਸ ਹੋਇਆ ਪਰ ਮੈਂ 20 ਮਿੰਟ ਦੀ ਲਾਵਾਂਗਾ ਮੈਂ ਹੁਣੇ ਹੀ ਸਟੇਜ ਦੇ ਆਰੰਭਤਾ ਕਰਦਿਆਂ ਹੋਇਆ ਆਖਿਆ ਸੀ ਕਿ ਟਾਈਮ ਬੜਾ ਹੋ ਚੁੱਕਾ ਹੈ ਆਓ ਸਿਰਫ ਇੱਕ ਰਚਨਾ ਦੇ ਨਾਲ ਹਾਜ਼ਰੀ ਲਵਾਉਣੀ ਹੈ ਇੱਕ ਉਰਦੂ ਦਾ ਕਵੀ ਕਹਿੰਦਾ ਉਹ ਕਹਿੰਦਾ ਜਿਸ ਦਰ ਪੇ ਕਿਸੀ ਕਾ ਸਰ ਨਾ ਝੁਕੇ ਲੋਕ ਉਸੇ ਦਰ ਨਹੀਂ ਕਹਤੇ ਜੋ ਝੁਕ ਜੇ ਦਰ ਦਰ ਪੇ ਲੋਕ ਉਸੇ ਸਰ ਨਹੀਂ ਕਹਤੇ ਕਾਬੇ ਮੇ ਕਹਤੇ ਹੈ ਗੈਰੋ ਕੋ ਕਾਫਰ ਲੇਕਿਨ ਜੇ ਵੋ ਦਰ ਹੈ ਜਹਾਂ ਕਾਫਰ ਕੋ ਵੀ ਕਾਫਰ ਨਹੀਂ ਕਹਤੇ
ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਗੱਦੀ ਸੂਫੀ ਅੰਨਾ ਗੱਦੀ ਆਰੰਭ ਹੋਈ ਆ ਬਗਦਾਦ ਤੋਂ। ਇਸ ਗੱਦੀ ਦਾ ਸਫ਼ਰ ਚੱਲਦਾ ਹੋਇਆ ਖਵਾਜਾ ਅਜਮੇਰ ਸ਼ਰੀਫ ਤੋਂ ਕਲੀਅਰ ਸ਼ਰੀਫ ਝੰਡੀ ਪੀਰ, ਝੰਡੀ ਪੀਰ ਦੇ ਮਰੀਦ ਬੜੇ ਨੇ ਲਾਲਾ ਬਲੀ ਅਮੀਰ ਚੰਦ ਮਹਾਰਾਜ ਤੇ ਲਾਲਾ ਬਲੀ ਜਿਨ੍ਹਾਂ ਦੀ 12 ਸਾਲ ਬਾਬਾ ਜਵਾਹਰ ਸਿੰਘ ਜੀ ਨੇ ਸੇਵਾ ਕੀਤੀ ਬਿਨਾਂ ਨਾਗਾ, ਜਿਹਨੇ ਝੰਗਣਾ ਵਿੱਚ ਕਿਰਤ ਕਰਨੀ ਰਾਤ ਨੂੰ ਜਾ ਕੇ ਆਪਣੇ ਮੁਰਸ਼ਦ ਦੇ ਪਾਸ ਜਾ ਕੇ ਹਾਜ਼ਰ ਹੋ ਜਾਣਾ। ਬਾਬਾ ਜਵਾਹਰ ਸਿੰਘ ਦੀ 12 ਸਾਲ ਦੀ ਬੰਦਗੀ ਸੇਵਾ ਪ੍ਰਵਾਨ ਹੋਈ ਤੇ ਲਾਲਾ ਬਲੀ ਨੇ ਆਪਣੀਆਂ ਰਹਿਮਤਾਂ ਦਾ ਖਜ਼ਾਨਾ, ਰਹਿਮਤ ਦੇ ਖਜ਼ਾਨੇ ਦੀਆਂ ਚਾਬੀਆਂ ਬਾਬਾ ਜਵਾਹਰ ਸਿੰਘ ਨੂੰ ਫੜਾ ਦਿੱਤੀਆਂ। ਆਖਿਆ ਇਸ ਖਜ਼ਾਨੇ ਦਾ ਮਾਲਕ ਆਵੇਗਾ, ਉਹ ਤੁਹਾਡੇ ਚਾਬੀਆਂ ਮੰਗੇਗਾ, ਇਹ ਖਜ਼ਾਨਾ ਤੁਹਾਡੇ ਪਾਸ ਅਮਾਨਤ ਹੈ। ਤੇ ਬਾਬਾ ਜਵਾਹਰ ਸਿੰਘ ਜਿਨ੍ਹਾਂ ਨੂੰ ਹਜ਼ੂਰ ਸ਼੍ਰੀ ਨਾਭਗੰਦ ਰਾਜਾ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਮੁਰਸ਼ਦ ਮੰਨਿਆ, ਗੁਰੂ ਮੰਨਿਆ, ਸਾਡੇ ਸਤਿਕਾਰ ਜੋ ਕਵੀ ਹੰਸ ਸਾਹਿਬ ਉਹਨਾਂ ਵੱਲੋਂ ਸਤਿਕਾਰ ਆਇਆ, ਮੇਰੀਆਂ ਭੈਣਾਂ ਵੱਲੋਂ, ਮਾਤਾਵਾਂ ਵੱਲੋਂ, ਸਮਾਂ ਬੜਾ ਘੱਟ ਹੈ। ਆਓ ਮੈਂ ਇੱਕ ਗੱਲ ਅਰਜ ਕਰਾਂ, ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ ਦੇ ਉੱਤੇ 12,800 ਕੁਛ ਪਿੰਡ ਹਨ। ਸਾਰੇ ਪਿੰਡਾਂ ਦੇ ਮਗਰ ਸਾਹਿਬ ਨਹੀਂ ਲੱਗਦਾ, ਸਾਹਿਬ ਅਣਗਿਣਤ ਸ਼ਹਿਰ ਹਨ, ਕਿਸੇ ਸ਼ਹਿਰ ਦੇ ਮਗਰ, ਹਰ ਸ਼ਹਿਰ ਦੇ ਮਗਰ ਸਾਹਿਬ ਨਹੀਂ ਲੱਗਦਾ। ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਇਸੇ ਤਰ੍ਹਾਂ ਇਹ ਪੰਜਾਬ ਦੀ ਧਰਤੀ ਦੇ ਨਗਰ ਹਨ, ਪਿੰਡ ਹਨ, ਉਹ ਭਾਗਾਂ ਵਾਲੇ ਨਗਰ ਹੁੰਦੇ ਨੇ ਜਿੱਥੇ ਮਹਾਂਪੁਰਸ਼ਾਂ ਦੇ ਚਰਨ ਪੈਂਦੇ ਨੇ। ਤੇ ਮਜ਼ਾਰਾ ਜੋ ਕਿ ਸਰਕਾਰੀ ਕਾਗਜ਼ਾਂ ਦੇ ਵਿੱਚ, ਜਿਹਨੂੰ ਮਜ਼ਾਰਾ ਨੌ ਆਬਾਦ ਸਰਕਾਰੀ ਕਾਗਜ਼ਾਂ ਨੇ ਤੇ ਮੰਨ ਲਿਆ, ਪਰ ਸੰਸਾਰ ਦੇ ਲੋਕਾਂ ਨੇ, ਦੁਨੀਆਂ ਦੇ ਲੋਕਾਂ ਨੇ, ਰਾਜਾ ਸਾਹਿਬ ਦੇ ਪੈਰੋਕਾਰਾਂ ਨੇ ਇਸ ਮਜ਼ਾਰੇ ਨੂੰ ਰਾਜਾ ਸਾਹਿਬ ਦਾ ਮਜ਼ਾਰਾ ਸ਼ਰਧਾ ਨਾਲ ਕਹਿੰਦੀਆਂ ਨੇ। ਇਸ ਮਜ਼ਾਰੇ ਦਾ ਨਾਮ ਰਾਜਾ ਸਾਹਿਬ ਦੇ ਨਾਮ ਦੇ ਨਾਲ ਜੁੜ ਗਿਆ। ਰਾਜਾ ਸਾਹਿਬ ਦੇ ਬੜੇ ਤਪ ਸਥਾਨ ਹਨ, ਸੁੱਜੋ, ਗੋਸਲਾ, ਰੇਪਾ, ਇਤਿਹਾਸਿਕ ਝਿੰਗੜਾ ਤੇ ਸਤਸੰਗਤ ਦੀ ਧਿਆਨ ਦੇਣਾ ਤੇ ਮਜ਼ਾਰਾ ਜਿੱਥੇ ਰਾਜਾ ਸਾਹਿਬ ਜੀ ਨੇ ਬੜਾ ਲੰਬਾ ਸਮਾਂ ਜੀਵਨ ਬਤੀਤ ਕੀਤਾ। ਤੇ ਮਜ਼ਾਰਾ ਰਾਜਾ ਸਾਹਿਬ ਦੇ ਪੈਰੋਕਾਰਾਂ ਦੀ ਇਹ ਰਾਜਧਾਨੀ ਹੈ, ਰਾਜੇ ਦੀ ਰਾਜਧਾਨੀ ਹੈ ਤੇ ਰਾਜਾ ਸਾਹਿਬ ਦੀ ਇਹ ਰਾਜਧਾਨੀ ਹੈ ਤੇ ਰਾਜਾ ਸਾਹਿਬ ਨੇ ਇੱਥੇ ਲੰਗਰ ਦੀ ਪਰੰਪਰਾ ਤੋੜ ਕੇ ਇਹਦਾ ਨਾਮ ਰੱਖਤਾ ਰਸੋਖਾਨਾ। ਸ਼੍ਰੀ ਰਾਜਾ ਸਾਹਿਬ ਦਾ ਮਜ਼ਾਰਾ ਸੰਗਤਾਂ ਕਹਿੰਦੀਆਂ ਨੇ, ਸਾਲ ਬਾਅਦ ਮੇਲਾ ਲੱਗਦਾ ਏ। ਆਓ ਇਸ ਮੇਲੇ ਦਾ ਜ਼ਿਕਰ ਉਡਾਪੜ ਵਾਲਾ ਢਾਡੀ ਦਾ ਆਪ ਜੀ ਦੇ ਨਾਲ ਇਹ ਸੰਜਾ ਕਰ ਰਿਹਾ ਹੈ।
ਲੱਗਦਾ ਦੇ ਕੇ ਵੇ ਕਲਾਕਾਰ ਵਿਦਵਾਨ ਜੀ ਲੱਗਦਾ ਦੇ ਕੇ ਵੇ ਕਲਾਕਾਰ ਵਿਦਵਾਨ ਜੀ ਰਹਿਮਤ ਭਰੇ ਮੈਂ ਖਾਨੇ ਚੋਂ ਕੋਈ ਘੁੱਟ ਪੀਏ ਕੋਈ ਜਾਮ ਪੀਏ ਪੀਣਾ ਕੀ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਇਸ ਰਹਿਮਤ ਭਰੇ ਮੈਂ ਖਾਨੇ ਚੋਂ ਕੋਈ ਘੁੱਟ ਪੀਏ ਕੋਈ ਜਾਮ ਪੀਏ ਇਹ ਮੈਂ ਖਾਨਾ ਹਰਦਮ ਖੁੱਲ੍ਹਾ ਏ ਕੋਈ ਸੁਬਾਹ ਪੀਏ ਕੋਈ ਸ਼ਾਮ ਪੀਏ ਇੱਥੇ ਊਚ ਨੀਚ ਦਾ ਭੇਦ ਨਹੀਂ ਕੋਈ ਖਾਸ ਪੀਏ ਕੋਈ ਆਮ ਪੀਏ ਕਾਸਦ ਕੋਈ ਰਾਮ ਪੀਏ ਕੋਈ ਰਹੀਮ ਪੀਏ ਕੋਈ ਇੱਕ ਓਂਕਾਰ ਦਾ ਨਾਮ ਪੀਏ ਇਹ ਰਾਜਾ ਸਾਹਿਬ ਦਾ ਦਰਬਾਰ ਹਰ ਅਮੀਰ ਗਰੀਬ ਓਚ ਨੀਚ ਹਰ ਮਜ਼ਹਬ ਲਈ ਹਰ ਜਾਤੀ ਲਈ ਖੁੱਲ੍ਹਾ ਹੈ ਆਓ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ ਝਿੰਗਣਾ ਤੋਂ ਸਾਡੇ ਬਹੁਤ ਹੀ ਸਤਿਕਾਰ ਜੋ ਮਾਸਟਰ ਮਲਕੀਤ ਸਿੰਘ ਦੀ ਲੱਲ ਉਹਨਾਂ ਵੱਲੋਂ ਸਤਿਕਾਰ ਆਇਆ ਹੈ ਸਤਿਕਾਰਯੋਗ ਸੁਰਜੀਤ ਸਿੰਘ ਜੀ ਝਿੰਗੜ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨਵਾਂ ਸ਼ਹਿਰ ਉਹਨਾਂ ਵੱਲੋਂ ਸਤਿਕਾਰ ਆਇਆ ਹੈ ਸਰਦਾਰ ਓਂਕਾਰ ਸਿੰਘ ਜੀ ਜੋ ਸਾਡੇ ਭਾਣਜਾ ਹੈ ਅਤੇ ਉਹਦੇ ਵੱਲੋਂ ਵੀ ਬੜਾ ਸਤਿਕਾਰ ਆਇਆ ਹੈ ਅਤੇ ਸਤ ਸੰਗਤ ਦੀ ਸਮੁੱਚੀਆਂ ਸੰਗਤਾਂ ਦਾ ਮਾਤਾਵਾਂ ਦਾ ਭੈਣਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਨੌਜਵਾਨ ਵੀਰਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ ਹੈ ਇਸ ਦੀ ਇੱਕ ਛੋਟੀ ਜਿਹੀ ਹਾਜ਼ਰੀ ਰਾਤ ਦੇ ਦੀਵਾਨਾਂ ਦੇ ਵਿੱਚ ਪ੍ਰਬੰਧਕਾਂ ਦੇ ਹੁਕਮ ਮੁਤਾਬਕ ਜਦੋਂ ਆਪਦੇ ਰੂਬਰੂ ਹੋਵਾਂਗੇ ਰਾਜਾ ਸਾਹਿਬ ਦੇ ਜੀਵਨ ਦੇ ਵਿੱਚੋਂ ਕੋਈ ਸਾਖੀ ਕੋਈ ਪ੍ਰਸੰਗ ਕੋਈ ਪ੍ਰਕਰਨ ਕਹਿਣ ਦਾ ਯਤਨ ਕਰਾਂਗੇ ਆਓ ਇੰਨੀ ਹਾਜ਼ਰੀ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਰਾਜਾ ਬਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸੰਗ ਜੀ ਇਹ ਸਨ ਗਿਆਨੀ ਗੁਰਦੀਪ ਸਿੰਘ ਜੀ ਅੜਾਪੜ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਰਾਜਾ ਸਾਹਿਬ ਜੀ ਦੇ ਅਸਥਾਨਾਂ ਬਾਰੇ ਦੱਸਿਆ ਕਿ ਦੁਨੀਆਂ ਦੇ ਵਿੱਚ ਗੁਰਦੁਆਰੇ ਵੀ ਬਹੁਤ ਹੋਣਗੇ ਮੰਦਰ ਵੀ ਬਹੁਤ ਹੋਣਗੇ ਪਰ ਜੋ ਰਾਜਾ ਸਾਹਿਬ ਨੇ ਰਸੋਖਾਨੇ ਦਾ ਨਾਮ ਦਿੱਤਾ ਹੈ ਸ਼ਾਇਦ ਹੀ ਦੁਨੀਆਂ ਦੇ ਵਿੱਚ ਇਹ ਨਾਮ ਕਿਸੇ ਡੇਰੇ ਦਾ ਹੋਵੇ ਸੋ ਰਾਜਾ ਸਾਹਿਬ ਜੀ ਨੇ ਰਸੋਖਾਨੇ ਦਾ ਨਾਮ ਇਸ ਕਰਕੇ ਦਿੱਤਾ ਕਿ ਰਸੋਖਾਨੇ ਵਿਖੇ 24 ਘੰਟੇ ਰਾਜਾ ਸਾਹਿਬ ਜੀ ਦਾ ਲੰਗਰ ਔਰ ਤੁੱਟ ਵਰਤਾਇਆ ਜਾ ਰਿਹਾ ਸੋ ਅਸੀਂ ਗਿਆਨੀ ਗੁਰਦੀਪ ਸਿੰਘ ਜੀ ਅੜਾਪੜ ਵਾਲਿਆਂ ਦੇ ਬਹੁਤ ਹੀ ਧੰਨਵਾਦੀ ਹਾਂ ਹੁਣ ਪੰਡਿਤ ਸੋਮਨਾਥ ਜੀ ਰੋਡਿਆਂ ਵਾਲੇ 25 ਮਿੰਟ ਵਾਸਤੇ ਆਪ ਜੀ ਦੀ ਸੇਵਾ ਕਰਨਗੇ ਪੰਡਿਤ ਸੋਮਨਾਥ ਜੀ ਰੋਡਿਆਂ ਵਾਲੇ ਬਸ ਇਲਮ ਕਤੇਬਾਂ ਠੱਪ ਕਰਦੇ ਤੂੰ ਇੱਕ ਮਨ ਸਮਝਾ ਲੈ ਚੁੱਪ ਕਰਕੇ ਜੇ ਤੂੰ ਦੁਨੀਆ ਜਿੱਤਣੀ ਚਾਹੁੰਦਾ ਏ ਇੱਕ ਮਨ ਸਮਝਾ ਲੈ ਚੁੱਪ ਕਰਕੇ ਪੂਜਾ ਪਵੇ ਨਾ ਕਿਸੇ ਦੀ ਹੋਰ ਕਰਨੀ ਤੂੰ ਇੱਕ ਪੀਰ ਮਨਾ ਲੈ ਚੁੱਪ ਕਰਕੇ
ਹਿਰਦੇ ਰਾਜੇ ਦੀ ਦਰਬਾਰ ਸਿੰਘਾ ਤਸ਼ਬੀਰ ਬਸਾ ਲੈ ਚੁੱਪ ਕਰਕੇ ਤੂੰ ਤਸ਼ਬੀਰ ਬਸਾ ਲੈ ਚੁੱਪ ਕਰਕੇ ਖੇ ਖਿਆਲੀ ਖਲਕਦਾ ਭੁੱਲ ਜਾਂਦਾ ਕਰਕੇ ਯਾਰਫਾਂ ਦਾ ਸਤਸੰਗੀ ਕੋ ਅੱਠੇ ਯਾਮ ਮਸਤਾਨੇ ਰਹਿਣ ਅਮਲੀ ਪੀ ਕੇ ਨਾਮ ਬਾਣੀ ਤੇਰੀ ਭੰਗੇ ਕੋ ਅੱਠ ਸੱਠ ਤੀਰਥਾਂ ਦਾ ਵਿੱਚੇ ਹੱਜ ਹੋ ਜੇ ਅੱਠ ਸੱਠ ਤੀਰਥਾਂ ਦਾ ਵਿੱਚੇ ਹੱਜ ਹੋ ਜੇ ਨਾ ਕੇ ਰਹਿਮਤਾਂ ਦੀ ਤੇਰੀ ਗੰਗੇ ਕੋ ਉਹਨਾਂ ਦਿਲਾਂ ਦਾ ਭੇਤ ਦਰਬਾਰ ਕੀ ਹੈ ਜਿੱਥੇ ਚਰਨ ਕਮਲ ਦੀ ਮੰਗ ਕੋ ਜਿੱਥੇ ਚਰਨ ਕਮਲ ਦੀ ਮੰਗ ਕੋ ਮਾਨਯੋਗ ਸਤਿਕਾਰਯੋਗ ਗੁਰੂ ਸਾਰੀ ਸਾਧ ਸੰਗਤ ਜੀ ਦਸਾਂ ਪਾਤਸ਼ਾਹ ਦੇ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ 'ਚ ਬਿਰਾਜਮਾਨ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਦੀ ਹਾਜ਼ਰੀ ਭਰ ਰਹੀ ਸਮੂਹ ਗੁਰਸੰਗਤ ਸ਼੍ਰੀ ਨਾਭ ਕਮਲ ਜੀ ਰਾਜਾ ਸਾਹਿਬ ਜੀ ਉਹਨਾਂ ਦੇ ਪਾਵਨ ਚਰਨਾਂ 'ਚ ਬਿਰਾਜਮਾਨ ਭਾਗਾਂ ਵਾਲੀ ਗੁਰਸੰਗਤ ਮਹਾਰਾਜ ਦੇ ਪਾਵਨ ਚਰਨਾਂ 'ਚ ਸੀਸ ਨਿਵਾ ਕੇ ਜ਼ਿਲ੍ਹਾ ਮੋਗੇ 'ਚ ਪਿੰਡ ਰੋਡੇ ਆ ਬਾਘੇ ਪੁਰਾਣੇ ਕੋਲ ਉੱਥੋਂ ਚੱਲ ਕੇ ਆਏ ਹੋਏ ਸੇਵਕ ਜਥੇ ਦੀ ਹਾਜ਼ਰੀ ਗੁਰਸੰਗਤ ਦੇ ਪਾਵਨ ਚਰਨਾਂ 'ਚ ਪ੍ਰਵਾਨ ਹੋਵੇ ਸਾਰੀ ਸੰਗਤ ਦੋ ਹੱਥ ਜੋੜ ਕੇ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸੰਗ ਜੀ ਪਹਿਲੀ ਤਾਂ ਗੱਲ ਇਹ ਹੈ ਵੀ ਸਰਦਾਰ ਨੰਜਣ ਸਿੰਘ ਜੀ ਦੇ ਪਰਿਵਾਰ ਨਾਲ ਸਾਰੀ ਸੰਗਤ ਅੱਜ ਇਸ ਸਮੇਂ ਇਸ ਦੁੱਖ ਦੇ ਵਿੱਚ ਆਪਾਂ ਸ਼ਰੀਕ ਹੈ ਆ ਮਹਾਰਾਜ ਦਾ ਹੁਕਮ ਹੈ ਸਾਰੀ ਸੰਗਤ 20-25 ਕੁ ਮਿੰਟ ਸਮਾਂ ਮੈਂ ਮਹਾਰਾਜ ਦਾ ਜਾਸੀ ਹੀ ਪੇਸ਼ ਕਰਨਾ ਕੋਈ ਹੋਰ ਬਾਤ ਪੇਸ਼ ਨਹੀਂ ਕਰਨੀ ਅੱਜ ਸਮਾਂ ਹੀ ਇਹ ਬਣਿਆ ਹੋਇਆ ਸਾਧ ਸੰਗਤ ਜੀ ਨੇਮ ਦਾਲੋ ਮੈਨੂੰ 33 ਕਰੋੜ ਦੇਵਤਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਬਾਬਾ ਵਿਸ਼ਵਕਰਮਾ ਸ਼੍ਰੀ ਨਾਭ ਕਮਲ ਜੀ ਦੇ ਪਾਵਨ ਚਰਨਾਂ 'ਚ ਹਾਜ਼ਰ ਦਿਸ ਰਿਹਾ ਇਹ ਲਿਖਿਆ ਹੈ ਇੱਛਾ ਪੂਰਵਕ ਸਰਵ ਸੁਖਦਾਤਾ ਹਰ ਜਾਂ ਕੇ ਵਸ ਹੈ ਕਾਮ ਤੇਨਾ ਕਾਮ ਤੇਨ ਗਊ ਕਲਪ ਬਿਰਸ਼ ਕਮੇਰ ਭੰਡਾਰੀ ਕਿੱਥੇ ਹਾਜ਼ਰ ਹੈ ਮਹਾਰਾਜ ਕਹਿੰਦੇ 68 ਤੀਰਥ ਜਹਾਂ ਸਾਧ ਭਗਤ ਰਹਿ ਇਕੱਲੇ ਸਾਹਿਬ ਦਾ ਨਾਮ ਨਹੀਂ ਸਾਥੋਂ ਪਹਿਲਾਂ ਬਹੁਤ ਸਤਿਕਾਰਯੋਗ ਢਾਡੀ ਜਥਿਆਂ ਨੇ ਉਹਨਾਂ ਨੇ ਬਹੁਤ ਸਤਿਕਾਰਯੋਗ 12 ਪੇਸ਼ ਕੀਤੀਆਂ ਅਤੇ ਢਾਡੀ ਜਥਿਆਂ ਨੇ ਬਹੁਤ ਸਾਰੇ ਰੁਪਏ ਵੀ ਬਖਸ਼ੇ ਨੇ ਮਾਨਯੋਗ ਸਰਦਾਰ ਬਲਜੀਤ ਸਿੰਘ ਜੀ ਬੀਤਾ ਜੀ ਕਨੇਡਾ ਨਿਵਾਸੀ ਪਿੰਡ ਕੰਗਰੋੜ ਵਾਲੇ ਉਹ ਵੀ 100 ਰੁਪਇਆ ਉੱਥੇ ਬੈਠਿਆਂ ਨੂੰ ਭੇਜਿਆ ਉਹਨਾਂ ਨੇ ਸਰਦਾਰ ਸਰਜੀਤ ਸਿੰਘ ਜੀ ਲਾਲ ਸਾਹਿਬ ਤਾਂ ਮਲਕੀਤ ਸਿੰਘ ਜੀ ਚਿੰਗੜਾਂ ਵਾਲੇ ਉਹ ਵੀ ਬਹੁਤ ਸਾਰੇ ਰੁਪਏ ਬਖਸ਼ ਕਰ ਗਏ ਨੇ ਤਾਤਾ ਜੀ ਕਿਰਪਾ ਦ੍ਰਿਸ਼ਟੀ ਕਰਨ ਰੋਡਿਆਂ ਵਾਲੇ ਜਥੇ ਨੇ 2 ਕਵਿਤਾ ਮਹਾਰਾਜ ਦੇ ਪਾਵਨ ਜੀਵਨ 'ਚੋਂ ਪੇਸ਼ ਕਰਨੀਆਂ ਧਿਆਨ ਦੇ ਕੇ ਸ਼ਰਵਣ ਕਰਿਓ ਉਹ ਇਉਂ ਹੈ ਵੀ ਮਹਾਰਾਜ ਜਿੱਥੇ ਜਾ ਕੇ ਬੈਠ 2 ਪ੍ਰਕਾਰ ਦੇ ਤੀਰਥ ਆ ਨੋਟ ਕਰ ਲਿਓ ਗ੍ਰੰਥ ਕਹਿੰਦੇ ਤੀਰਥ 2 ਤਰ੍ਹਾਂ ਦੇ ਇੱਕ ਜੰਗਮ ਅਤੇ ਇੱਕ ਅਸਥਾਵਰ ਅਸਥਾਵਰ ਤੀਰਥ ਕਿਹੜਾ ਆਪਾਂ ਇੱਥੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਇਸਤਤ ਹੈ ਉੱਥੇ ਇਸਤਤ ਆ ਉਹਨੂੰ ਸੀਸ ਨਵਾਉਣ ਜਾਂਦੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਕਪਾਲ ਮੋਚਨ ਜਾਂਦੇ ਹਾਂ ਹਰਿਦੁਆਰ ਜਾਂਦੇ ਹਾਂ ਇਲਾਹਾਬਾਦ ਜਾਂਦੇ ਹਾਂ ਅਜੈਨ ਜਾਂਦੇ ਹਾਂ ਕੁੰਭਾਂ 'ਤੇ ਜਾਂਦੇ ਹਾਂ ਇੱਕ ਜੰਗਮ ਤੀਰਥ ਹੈ ਗ੍ਰੰਥ ਕਹਿੰਦੇ ਕਹਿੰਦੇ ਜੰਗਮ ਤੀਰਥ ਕਿਹੜਾ ਹੈ ਕਹਿੰਦੇ ਉਹ ਮਹਾਤਮਾ ਜਿੱਥੇ ਬੈਠਦੇ ਆ ਤੀਰਥ ਬਣਾਉਂਦੇ ਆ ਉਹਨੂੰ ਕਹਿੰਦੇ ਜੰਗਮ ਤੀਰਥ ਸ਼੍ਰੀ ਨਾਭ ਕਮਲ ਜੀ ਖੇਤਾਂ 'ਚ ਜਾ ਕੇ ਬੈਠ ਜਾਂਦੇ ਅਤੇ ਸਾਧ ਸੰਗਤ ਜੀ ਉਹ ਜੱਟ ਬਹੁਤ ਸੁਭਾਗਾ ਸਮਝਦਾ ਆਪਣੇ ਆਪ ਨੂੰ ਵੀ ਮੇਰੀ ਫਸਲ ਹੋਵੇਗੀ ਮਹਾਰਾਜ ਦੇ ਚਰਨ ਪੈ ਗਏ ਇੱਕ ਖੇਤ 'ਚ ਜਾ ਕੇ ਬੈਠ ਗਏ ਸਾਧ ਸੰਗਤਾਂ ਨੇ ਦਰਸ਼ਨ ਕਰਨ ਲਈ ਬਹੁਤ ਅਤਾਵਲੀਆਂ ਸਨ ਮਹਾਰਾਜ ਦੇ ਦਰ 'ਤੇ ਪੱਟੀਆਂ ਦਰੀਆਂ ਵਿਛ ਗਈਆਂ ਸੰਗਤਾਂ ਬੈਠ ਗਈਆਂ ਖੇਤ ਰੋਹੀ ਰਾਂਝਾ ਜਾੜਾਂ 'ਚ ਸੀ ਅਤੇ ਇੱਕ ਭਾਈ ਨੇ ਸੋਚਿਆ ਵੀ ਮੈਂ ਜਲਦੀ ਜਾਣਾ ਹੈ
ਮਾਈਆਂ ਜਿਹੜੀਆਂ ਗੱਲਾਂ ਕਰਦੀਆਂ ਕਰਦੀਆਂ ਜਾਂਦੀਆਂ ਮਹਾਰਾਜ ਦੱਸ ਦਿੰਦੇ। ਧਿਆਨ ਦੇ ਕੇ ਸ਼ਰਵਣ ਕਰਿਓ, ਸਾਡੇ ਕਵੀ ਜਨ ਮਾਲਵੇ ਦੇ ਬੜੇ ਅੱਛੇ ਕਵੀ ਰਾਏ ਸਿੰਘ ਜੀ ਲੱਖਾ ਜੀ ਅਤੇ ਉਹਨਾਂ ਦੇ ਸਾਥੀ ਬਹੁਤ ਸਾਰੇ ਰੁਪਏ ਬਖਸ਼ ਗਏ ਨੇ, ਧੰਨਵਾਦ ਕਰਦਾ। ਸੁਣੋ, ਮਾਈਆਂ ਦੱਸ ਦਿੰਦੀਆਂ, ਦੂਜੀ ਨੂੰ ਦੂਜੀ ਕਹਿੰਦੀਆਂ ਮੈਥੋਂ ਜਾਇਆ ਨਹੀਂ ਜਾਣਾ, ਮੇਰਾ ਘਰ ਸੁਣਨਾ, ਮੈਂ ਧਾਰ ਕਰਨੀ ਹੈ, ਮੇਰਾ ਖੇਤ ਦੂਰ ਆ, ਖੂਹ ਦੂਰ ਆ, ਐਂ ਗੱਲਾਂ ਕਰਦੀਆਂ। ਦੂਜੀਆਂ ਮਾਈਆਂ ਕਹਿੰਦੀਆਂ ਚੱਲ ਜਾਣਸਾਰ ਮਹਾਰਾਜ ਕਹਿੰਦੇ ਮਾਈ ਤੇਰਾ ਤਾਂ ਖੇਤ ਵੀ ਦੂਰ ਆ, ਤੇਰਾ ਖੂਹ ਵੀ ਦੂਰ ਆ, ਤੂੰ ਧਾਰ ਵੀ ਕਰਨੀ ਹੈ। ਉਹ ਕਾਣ ਸਨ ਕੱਟ ਕੱਟ ਕੇ ਅੰਤਰ ਕੀ ਜਾਣਤ, ਪਲੇ ਬੁਰੇ ਕੀ ਪੀਰ ਪਹਿਚਾਣਤ। ਧਿਆਨ ਦੇ ਕੇ ਸੁਣਿਓ ਕਥਾ, ਇੱਕ ਇੱਕ ਭਾਈ ਦੇ ਮਨ ਦਾ ਖਿਆਲ ਆ ਵੀ ਮੈਂ ਜਲਦੀ ਮੁੜ ਜਾਂ। ਉਹ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਨੂੰ ਛੁੱਟੀ ਬਖਸ਼ ਕਰੋ, ਅਤੇ ਸ਼੍ਰੀ ਨਾਭ ਕਮਲ ਜੀ ਕਹਿੰਦੇ ਕੋਈ ਨਹੀਂ ਸਾਰੇ ਪ੍ਰਸ਼ਾਦ ਲੈ ਕੇ ਜਾਇਓ। ਹੁਣ ਸੰਗਤ ਸੋਚਦੀ ਹੈ ਵੀ ਰੋਹੀ ਰਾਂਝਾ ਉਜਾੜ ਹੈ, ਕੋਈ ਇੱਥੇ ਕੜਾਈ ਨਹੀਂ, ਕੋਈ ਚੁਰ ਨਹੀਂ, ਪ੍ਰਸ਼ਾਦ ਕੌਣ ਦੇਊਗਾ। ਇੱਕ ਭਾਈ ਆਇਆ, ਉਹ ਕੌਣ ਸੀ, ਉਹ ਭਗਵਾਨ ਨੇ ਭੇਜਿਆ ਸੀ, ਗਰਮ ਗਰਮ ਪ੍ਰਸ਼ਾਦ ਲੈ ਕੇ ਆ ਗਿਆ। ਮਹਾਰਾਜ ਦੇ ਨਾਲ 20-50 ਦਰਵੇਸ਼ ਹੁੰਦੇ ਕੂਕਰ, ਅਤੇ ਮਹਾਰਾਜ ਨੇ ਪ੍ਰਸ਼ਾਦ ਨੂੰ ਭੋਗ ਲਵਾ ਕੇ ਸੰਗਤ 'ਚ ਵੰਡਣਾ ਕੀਤਾ। ਜਦ ਕੂਕਰਾਂ ਨੂੰ ਪ੍ਰਸ਼ਾਦ ਪਾਇਆ ਨਾ, ਕੂਕਰਾਂ ਨੇ ਪ੍ਰਸ਼ਾਦ ਖਾਧਾ ਨਾ, ਪ੍ਰਸ਼ਾਦ ਨਾ ਖਾਧਾ। ਧਿਆਨ ਦੇ ਕੇ ਸੁਣਿਓ ਕਥਾ, ਪ੍ਰਸ਼ਾਦ ਖਾਧਾ ਨਾ, ਇੱਕ ਵੱਡਾ ਕੂਕਰ ਸੀ ਕੂਕਰਾਂ ਦਾ, ਸਰਤਾਜ ਕੁੱਤਿਆਂ ਦਾ, ਦਰਵੇਸ਼ਾਂ ਦਾ। ਉਹ ਉੱਠਿਆ, ਜਦ ਉਹਨੇ ਪ੍ਰਸ਼ਾਦ ਛਕਿਆ ਅਤੇ ਸਾਰੇ ਕੂਕਰਾਂ ਨੇ ਫਿਰ ਛਕਣਾ ਕੀਤਾ। ਸੰਗਤ ਨੇ ਮਹਾਰਾਜ ਸ਼੍ਰੀ ਨਾਭ ਕਮਲ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਇਹ ਕੀ ਕੌਤਕ ਹੈ, ਪਹਿਲਾਂ ਕੂਕਰਾਂ ਨੇ ਪ੍ਰਸ਼ਾਦ ਛਕਿਆ ਨਹੀਂ, ਹੁਣ ਆ ਵੱਡੇ ਨੇ ਛਕ ਲਿਆ, ਹੁਣ ਸਾਰੇ ਛਕਣ ਲੱਗ ਪਏ। ਸ਼੍ਰੀ ਨਾਭ ਕਮਲ ਜੀ ਕਹਿੰਦੇ ਭਾਈ ਇਹ ਕੂਕਰਾਂ ਦਾ ਰਾਜਾ ਹੈ, ਇਹ ਹੁਣ ਦੇ ਜਨਮ 'ਚ ਰਾਜਾ ਨਹੀਂ, ਇਹ ਪਿਛਲੇ ਪੂਰਬਲੇ ਜਨਮ 'ਚ ਸੱਚੀਓ ਦਾ ਰਾਜਾ ਸੀ, ਉਦੋਂ ਜਨਤਾ 'ਤੇ ਹੁਕਮ ਚਲਾਉਂਦਾ ਸੀ, ਹੁਣ ਕੂਕਰਾਂ 'ਤੇ ਚਲਾਉਂਦਾ ਹੈ। ਸਾਰੀ ਸੰਗਤ ਬੋਲੋ ਸ਼੍ਰੀ ਨਾਭ ਕਮਲ ਜੀ ਕੀ ਜੈ। ਸੁਣਿਓ, ਇਹ ਭਾਈ ਹੁਣ ਕੂਕਰਾਂ 'ਤੇ ਹੁਕਮ ਚਲਾਉਂਦਾ ਹੈ। ਹੁਣ ਕੂਕਰ ਨੂੰ ਸਾਰ ਹੋਈ ਵੀ ਮਨਾ 84 ਭੁਗਤਣੀ ਪਊ, ਤੂੰ ਸੀ ਬਾਦਸ਼ਾਹ। ਕੂਕਰ ਦੇ ਅੱਖਾਂ 'ਚੋਂ ਆਂਸੂ ਕਰਿਓ, ਵੱਡੇ ਕੂਕਰ ਦੇ ਮਹਾਰਾਜ ਦੇ ਚਰਨਾਂ ਨੂੰ ਚੁੱਕਿਆ, ਅਤੇ ਸ਼੍ਰੀ ਨਾਭ ਕਮਲ ਜੀ ਕਹਿੰਦੇ ਉਹ ਬਾਦਸ਼ਾਹ ਤਪੋਂ ਰਾਜ ਰਾਜੋਂ ਨਰਕ, ਤੂੰ ਰਾਜਾ ਬਣ ਕੇ ਚੰਗੇ ਕੰਮ ਨਹੀਂ ਕਰੇ, ਤੂੰ ਨਗੁਰਾ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਮਹਾਰਾਜ ਕਹਿੰਦੇ ਗੁਰਮੰਤਰੀਹੀਨ ਸਿਓ ਪ੍ਰਾਣੀ ਤ੍ਰਿਗੰਤ ਜਰਮ ਪ੍ਰਸ਼ਨਾ। ਕਹਿੰਦੇ ਜਿਹੜਾ ਨਗੁਰਾ ਬੰਦਾ ਕਾਹਦੀ ਜੂਨੀ ਪੈਂਦਾ, ਕੂਕਰ ਸੂਕਰ ਸੂਕਰ ਨਾਮ ਹੈ ਸੂਰ ਦਾ, ਖਰ ਇਹਨਾਂ ਜੂਨੀਆਂ 'ਚ ਨਗੁਰਾ ਬੰਦਾ ਜਾਂਦਾ। ਅਤੇ ਸ਼੍ਰੀ ਨਾਭ ਕਮਲ ਜੀ ਹੁਣ ਕੂਕਰ ਅੱਖਾਂ 'ਚੋਂ ਆਂਸੂ ਕਿਰ ਕੇ ਮਹਾਰਾਜ ਦੇ ਚਰਨਾਂ 'ਚ ਗਿਰਦਾ ਹੈ, ਅਤੇ ਸ਼੍ਰੀ ਨਾਭ ਕਮਲ ਜੀ ਕਹਿੰਦੇ ਆ, ਕਹਿੰਦੇ ਕੂਕਰ ਦੀ ਜੂਨੀ ਪੈ ਗਿਆ, ਬਾਦਸ਼ਾਹ ਨਗੁਰਿਆ ਤੂੰ, ਉਹ ਨਗੁਰੇ ਬਾਦਸ਼ਾਹ, ਤੈਨੇ ਸੱਚੇ ਫਾਹੇ ਟੰਗਤ, ਤੈਨੇ ਗਰੀਬਾਂ ਨੂੰ ਦੁੱਖ ਦਿੱਤਾ। ਆਹ ਕਵਿਤਾ ਸੁਣੋ ਧਿਆਨ ਦੇ ਕੇ, ਵੀ ਸ਼੍ਰੀ ਨਾਭ ਕਮਲ ਜੀ ਉਹ ਕੂਕਰ ਨਾਲ ਜੋ ਵਚਨ ਕਰਦੇ ਲੋਡੇ ਵਾਲੇ ਜਥੇ ਤੋਂ ਹੇ। ਗੁਰੂ ਦੇ ਸ਼ਬਦ ਬਾਜੋ ਕਿਸੇ ਦੀ ਬਿਖੈਰ ਨਾ, ਜਨਮ ਸਵਾਰੇ ਕੋਈ ਗੁਰੂ ਦੇ ਬਗੈਰ ਨਾ, ਜਨਮ ਸਵਾਰੇ ਕੋਈ। ਸ਼੍ਰੀ ਨਾਭ ਕਮਲ ਜੀ ਮੁਖ ਚੋਂ ਉਚਾਰਦੇ, ਪੂਰਬ ਦੇ ਜਨਮ ਦਾ ਪੜਦਾ ਉਤਾਰ ਦੇ, ਪੂਰਬਲ ਜਨਮ ਦਾ ਬਿਰਥਾ ਜਨਮ ਗਿਆ, ਕਿਹੜੇ ਪਾਸੇ ਤੁਰਿਆ ਤੂੰ, ਕੂਕਰ ਦੀ ਜੂਨ ਪੈ ਗਿਆ, ਬਾਦਸ਼ਾਹ ਨਗੁਰਿਆ ਤੂੰ, ਕੂਕਰ ਦੀ ਜੂਨ ਪੈ ਗਿਆ। ਹੋ ਤਪੋ ਰਾਜ ਰਾਜ ਤੋਂ ਨਰਕ ਬਣ ਜਾਂਦੇ ਨੇ, ਪੈ ਕੇ ਤੇ 84 ਵਿੱਚ ਪਾਪੀ ਜਿਹੜੇ ਖਾਂਦੇ ਨੇ, ਪੈ ਕੇ ਤੇ 84 ਵਿੱਚ।
ਕੀਤੀ ਹੋਈ ਕਰਣੀ ਤੇ ਪਾਲਵੀ ਨੀ ਚੁਰਿਆ ਤੋਂ ਕੁਕਰ ਦੀ ਜੋ ਆਇਆ ਬਾਦਸ਼ਾਹ ਨ ਗੁਰਿਆ ਤੋਂ ਕੁਕਰ ਦੀ ਜੋਨ ਪੈ ਗਿਆ ਮਾਤਾ ਪਿਤਾ ਸੇਵਾ ਗੁਰਦੇਵ ਦੀ ਕਮਾਵੇ ਨਾ ਦਰਗਾਹ ਚ ਜਾ ਕੇ ਤੇ ਅਮਰ ਪਦ ਪਾਵੇ ਨਾ ਦਰਗਾਹ ਚ ਜਾ ਕੇ ਕਹਿੰਦੇ ਆਪ ਦੇ ਹੀ ਫਤ ਕੀਤਾ ਤੇਜ ਤਾਰ ਛੁਰਿਆ ਤੋਂ ਕੁਕਰ ਦੀ ਜੋਨ ਪੈ ਗਿਆ ਬਾਦਸ਼ਾਹ ਨ ਗੁਰਿਆ ਤੋਂ ਬਾਦਸ਼ਾਹ ਨ ਗੁਰਿਆ ਤੋਂ ਚੱਲਦਾ ਹੁਕਮ ਤੇਰਾ ਚੱਲਦਾ ਹੁਕਮ ਤੇਰਾ ਹੋ ਮਾਨਸ ਕੀ ਦੇਹੀ ਸੀ ਲੱਗਦੇ ਨਾ ਚੰਗੇ ਤੈਨੂੰ ਰਾਮ ਸੁਨੇਹੀ ਸੀ ਲੱਗਦੇ ਨਾ ਚੰਗੇ ਉਦੋਂ ਝੂਠ ਛਲ ਪਾਪ ਵਾਲੇ ਪਾਸੇ ਬੜਾ ਤੁਰਿਆ ਤੋਂ ਕੁਕਰ ਦੀ ਜੋਨ ਪੈ ਗਿਆ ਬਾਦਸ਼ਾਹ ਨ ਗੁਰਿਆ ਤੋਂ ਕੁਕਰ ਦੀ ਜੋਨ ਆ ਗਿਆ ਰਾਮ ਦੀ ਕਥਾ ਦੇ ਨਹੀਂਓ ਸੁਣੇ ਪਰ ਸੰਗਤ ਉਹਨਾਂ ਦੀ ਜਗ੍ਹਾ ਤੇ ਕੀਤਾ ਵੇਸਵਾ ਦਾ ਸੰਗਤ ਉਹਨਾਂ ਦੀ ਜਗ੍ਹਾ ਚ ਕੀਤਾ ਨਾਮ ਰੂਪੀ ਮੇਘ ਬਿਨਾ ਸੀ ਕੁਛ ਕਪੁਰਿਆ ਤੋਂ ਕੁਕਰ ਦੀ ਜੋਨ ਆਇਆ ਬਾਫਰਾ ਨ ਗੁਰਿਆ ਤੋਂ ਕੁਕਰ ਦੀ ਜੋਨ ਪੈ ਗਿਆ ਉਹ ਰਾਜਾ ਹੋ ਕੇ ਪਹਿਲਾ ਕਦੇ ਰਾਜਾ ਹੋ ਕੇ ਪਹਿਲਾ ਉਹ ਸਰਬੱਤ ਦਾ ਨ ਮੰਗਿਆ ਦੋਸ਼ੀਆਂ ਨੂੰ ਛੱਡ ਫਾਂਸੀ ਸੱਚਿਆਂ ਨੂੰ ਟੰਗਿਆ ਸੱਚਿਆਂ ਨੂੰ ਟੰਗਿਆ ਆ ਬਾਦਸ਼ਾਹੀ ਰਾਜ ਸਾਜ ਬੱਜ ਗਿਆ ਮੈਂ ਸੁਣਿਆ ਤੋਂ ਕੁਕਰ ਦੀ ਕੋਲ ਆ ਗਿਆ ਬਾਦਸ਼ਾਹ ਨ ਗੁਰਿਆ ਤੋਂ ਕੁਕਰ ਦੀ ਜੋਨ ਪੈ ਗਿਆ ਕੁੱਲ ਸੰਸਾਰ ਨੂੰ ਰਚਨ ਵਾਲਾ ਮਾਲਕ ਬਾਦਸ਼ਾਹ ਹਮੇਸ਼ਾ ਹੁੰਦਾ ਪਰ ਜ਼ਿਆਦਾ ਪਾਲਕ ਬਾਦਸ਼ਾਹ ਹਮੇਸ਼ਾ ਹੁੰਦਾ ਸਿੰਘਸਨ ਸਾਹਰ ਵਿੱਚ ਲੂਣ ਵਾਂਗੂ ਖੁਰਿਆ ਤੋਂ ਕੁਕਰ ਦੀ ਜੋਨ ਪੈ ਗਿਆ ਕਾਫਰਾਂ ਦੇ ਸੁਰਿਆ ਤੋਂ ਕੁਕਰ ਦੀ ਜੋਨ ਪੈ ਗਿਆ ਹੋ ਗੁਰੂ ਜਸ ਦੀਆਂ ਲਿਖੀ ਸੋਮਨਾਥ ਰੰਗਤਾ ਰਾਜੇ ਦੇ ਮਜਾਰੇ ਤੈਨੂੰ ਤਾਰ ਦੇਣ ਸੰਗੀਤਾ ਰਾਜੇ ਦੇ ਮਝਾਰੇ ਕਹਿੰਦੇ ਗੁਰੂ ਚਰਨਾਂ ਦੇ ਨਾਲ ਰੱਖ ਮਨ ਜੁੜਿਆ ਤੋਂ ਕੁਕਰ ਦੀ ਜੂਨ ਪੈ ਗਿਆ ਬਾਦਸ਼ਾਹ ਨ ਗੁਰਿਆ ਤੋਂ ਕੁਕਰ ਦੀ ਜੂਨ ਪੈ ਗਿਆ ਮਹਾਰਾਜ ਦੇ ਪਾਵਨ ਚਰਨਾਂ ਮੈਂ ਬਹੁਤ ਗੁਰਸੰਗਤ ਮਾਇਆ ਬਖਸ਼ੀ ਇੱਕ ਕਵਿਤਾ ਸੁਣੋ ਵੀ ਉਹ ਕੂਕਰ ਦੀ ਕਲਿਆਣ ਕਿਵੇਂ ਕਰੀ ਸਰਦਾਰ ਗੁਰਦਿਆਲ ਸਿੰਘ ਜੀ ਬਾਬਾ ਮੂਲਾ ਸਿੰਘ ਜੀ ਦਾ ਸੂ ਪਰਿਵਾਰ ਸਤਿਗੁਰੂ ਤੂੰ ਹੀ ਦੇ ਦਰਬਾਰ ਬੰਨਿਓ ਖਾਨ ਖਾਨਾ ਪਿੰਡ ਸਾਨੂੰ ਬੁਲਾਉਂਦੇ ਨੇ ਸੰਗਰੂਰ ਬੁਲਾਉਂਦੇ ਨੇ ਇਹੀ ਭਾਈ ਬੁਲਾਉਂਦੇ ਨੇ ਧੰਨਵਾਦ ਕਰਦਾ ਉਹ ਰੁਪਏ ਬਖਸ਼ ਗਏ ਸਰਦਾਰ ਗੁਰਦਿਆਲ ਸਿੰਘ ਜੀ ਬਾਬਾ ਮੂਲਾ ਸਿੰਘ ਜੀ ਉਹਨਾਂ ਦੇ ਪਰਿਵਾਰ ਬੰਨਿਓ ਸਰ ਬਖਸ਼ੀਸ਼ ਸਿੰਘ ਦੇ ਪਰਿਵਾਰ ਬੰਨਿਓ 500 ਰੁਪਇਆ ਰੋਡਮਲ ਜੱਥ ਨੂੰ ਬਖਸ਼ਿਆ ਗਿਆ ਮਾਨਯੋਗ ਸੈਕਟਰੀ ਸਭਾ ਸਮੂਹ ਪ੍ਰਬੰਧਕ ਕਮੇਟੀ ਉਹ ਵੀ 100 ਰੁਪਇਆ ਬਖਸ਼ ਗਏ ਨੇ ਸਾਹਿਬ ਮਲਕੀਤ ਸਿੰਘ ਜੀ ਮਾਸਟਰ ਸਰਜੀਤ ਸਿੰਘ ਜੀ ਮਾਸਟਰ ਮਲਕੀਤ ਸਿੰਘ ਜੀ ਲਾਲ ਪਰਿਵਾਰ ਝਿੰਗੜਾਂ ਵਾਲੇ ਉਹ ਵੀ 100 ਰੁਪਇਆ ਬਖਸ਼ ਗਏ ਨੇ ਬਹੁਤ ਸਤਿਕਾਰਯੋਗ ਜਿਨ੍ਹਾਂ ਨੂੰ ਮੈਂ ਫੋਨ ਕਰਦਾ ਰਹਿੰਦਾ ਮਾਨਯੋਗ ਸਰਦਾਰ ਬਲਵੀਰ ਸਿੰਘ ਜੀ ਚੀਮਿਆਂ ਵਾਲੇ ਸਰਪੰਚ ਆਪ ਭਾਵੇਂ ਅਮਰੀਕਾ ਬੈਠੇ ਉਹਨਾਂ ਦੀ ਹਾਜ਼ਰੀ ਲਾਉਂਦੇ ਨੇ ਸਰਦਾਰ ਸੁੱਚਾ ਸਿੰਘ ਜੀ ਅਮਰੀਕਾ ਵਾਲੇ ਆਏ ਸਾਲ ਇਸ ਦਿਨ ਹੀ ਆਉਣਾ ਹੈ ਅਤੇ ਸਾਧ ਸਿੰਘ ਜੀ ਮਹਾਰਾਜ ਦੇ ਦਰ 'ਤੇ ਛਬੀਲ ਲਾਉਣੀ ਸਰਦਾਰ ਸੁੱਚਾ ਸਿੰਘ ਜੀ ਉਹਨਾਂ ਨੇ ਉਹ ਬਹੁਤ ਸਾਰੇ ਰੁਪਏ ਬਖਸ਼ ਗਏ ਨੇ ਦਾਤਾ ਕਿਰਪਾ ਦ੍ਰਿਸ਼ਟੀ ਕਰਨ ਬਾਈ ਨਿੰਦਰ ਸਿੰਘ ਜੀ ਰੁਪਏ ਬਖਸ਼ ਕਰਨਗੇ ਮਲਕੀਤ ਸਿੰਘ ਜੀ ਰੁਪਏ ਬਖਸ਼ ਕਰਗੇ ਨੇ ਸ਼ਿੰਦਾ ਜੀ ਚਿੰਗੜਾਂ ਵਾਲੇ ਬੜੇ ਅੱਛੇ ਗਾਇਕ ਰੁਪਏ ਬਖਸ਼ ਕਰਗੇ ਨੇ ਢਾਡੀ ਜਥੇ ਰੁਪਏ ਬਖਸ਼ ਕਰਗੇ ਨੇ ਧੰਨਵਾਦ ਕਰਦਾ ਸੁਣਿਓ ਜਦ ਮਹਾਰਾਜ ਨੇ ਕਿਹਾ ਨਾ ਤੂੰ ਸੱਚਿਆਂ ਨੂੰ ਫਾਂਸੀ ਟੰਗਿਆ ਆਹਾ ਮਹਾਰਾਜ ਦੇ ਦਰਸ਼ਨ ਕਰਨੇ ਸੇ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ
ਕਬੀਰ ਸਾਹਿਬ ਕਹਿੰਦੇ ਕਬੀਰਾ ਨਗੁਰਾ ਨਾ ਮਿਲਿਆ ਪਾਪੀ ਮਿਲਿਆ ਹਜ਼ਾਰ, ਮਹਾਰਾਜ ਦਰਸ਼ਨ ਹੋ ਗਏ। ਕਬੀਰ ਸਾਹਿਬ ਕਹਿੰਦੇ ਕਬੀਰਾ ਨਗੁਰਾ ਨਾ ਮਿਲਿਆ ਪਾਪੀ ਮਿਲਿਆ ਹਜ਼ਾਰ, ਇੱਕ ਨਗੁਰੇ ਦੇ ਸੀਸ ਤੇ ਲੱਖ ਪਾਪੀ ਦਾ ਪਾਰ। ਬਾਬਾ ਫਰੀਦ ਜੀ ਇੱਕ ਸ਼ਬਦ ਕਹਿੰਦੇ ਨੇ, ਉਹ ਕਹਿੰਦੇ ਉੱਠ ਫਰੀਦ ਦਾ ਗਮਨ ਕਰ ਦੁਨੀਆ ਦੇਖਣ ਜਾ, ਜੇ ਕੋਈ ਮਿਲ ਜੇ ਬਖਸ਼ਿਆ ਤੂੰ ਵੀ ਬਖਸ਼ਿਆ। ਸਾਰੀ ਸੰਗਤ ਕਹੋ ਸਤਨਾਮ ਸ਼੍ਰੀ। ਬਹੁਤ ਸਤਿਕਾਰਯੋਗ ਸਾਧ ਸੰਗਤ, ਮਾਇਆ ਬਖਸ਼ੇ ਲਓ ਹੁਣ ਸੁਣੋ ਵੀ ਕੂਕਰ ਦੇ ਮਨ ਨੂੰ ਇਹ ਗਿਆਨ ਹੋਇਆ ਵੀ ਮਨਾ ਤੈਨੂੰ 84 ਭੁਗਤਣੀ ਪਊ। ਆਪਾਂ ਇੱਕ ਰੋਜ਼ ਸ਼ਬਦ ਪੜ੍ਹਦੇ ਹਾਂ, ਅੰਡ 'ਚ ਜੇਰ 'ਚ ਸੇਤ 'ਚ ਕੀਨੀ ਉੱਤ ਪੁੱਜ ਖਾਨ ਬਹੁਰਾ 'ਚ ਦੀਨੀ। ਲੱਖਾਂ ਜੂਨਾਂ ਅੰਡੇ ਤੋਂ ਪੈਦਾ ਹੁੰਦੀਆਂ, ਉਹ ਕੂਕਰ ਨੂੰ ਪਤਾ ਲੱਗਿਆ ਮਨਾ ਉਹ ਜੂਨਾਂ ਤੈਨੂੰ ਭੁਗਤਣੀਆਂ ਪੈਣਗੀਆਂ। ਜੇਰ 'ਚ ਲਪੇਟੇ ਲੀਪ ਜੀਵ ਲੱਖਾਂ ਆਉਂਦੇ ਹੈ, ਉਹ ਜੂਨਾਂ ਤੈਨੂੰ ਭੁਗਤਣੀਆਂ ਪੈਣਗੀਆਂ। ਮਾਨਯੋਗ ਸਿੰਘ ਸਾਹਿਬ ਜੀ 100-100 ਰੁਪਇਆ ਰੋਡ ਵਾਲੇ ਜਥਨ ਬਖਸ਼ ਕੇ ਨੇ। ਉਹ ਪਛਤਾਉਂਦਾ ਕਿਵੇਂ ਹੈ, ਜਿਵੇਂ ਸਾਧ ਸਿੰਘ ਜੀ ਰਾਜੇ ਰਾਵਣ ਵਰਗੇ ਪਛਤਾਏ ਹੈ, ਜਿਹਨੇ ਰਿਸ਼ੀਆਂ ਦੀ ਰੱਤ ਪੱਛੀ। ਮਹਾਰਾਜ ਕਹਿੰਦੇ 1,00,000 ਪੂਤ 1,25,000 ਨਾਤੀ ਤੈ ਰਾਵਣ ਕਰ ਦੀਆ ਨਾ ਬਾਤੀ। ਪਛਤਾਇਆ, ਪਛਤਾ ਕੇ ਕੀ ਸੋਚਦਾ ਹੈ, ਜਿਵੇਂ ਉਹ ਪਾਸ਼ਚਾਤਾਪ ਕਰਦਾ ਰੋਡਿਆਂ ਵਾਲੇ ਜਥੇ ਤੋਂ। ਹੇ ਸ਼ਰਮ ਨਾਭ ਕਮਲ ਨੇ ਕਹੇ ਜਾਂ ਬਚਨ ਐਸੇ ਕੁਕਰ ਚਿੱਤ ਦੇ ਬੀਚ ਪਛਤਾਉਣ ਲੱਗਾ। ਨਾਭ ਕਮਲ ਨੇ ਕਹੇ ਜਾਂ ਬਚਨ ਇੰਨੇ ਕੁਕਰ ਚਿੱਤ ਦੇ ਵਿੱਚ ਪਛਤਾਉਣ ਲੱਗਾ। ਜਦੋਂ ਪਿਛਲੇ ਜਨਮ ਦੀ ਸਾਰ ਹੋਈ ਕੁਕਰ ਨੈਣਾ ਸੋਨੀ ਰੱਬਾ ਹੋਣ ਲੱਗਾ। ਉਹ ਕੇ ਬਾਦਸ਼ਾਹ ਕਰੇ ਮੈਂ ਕਰਮ ਮਾੜੇ, ਹੋ ਕੇ ਬਾਦਸ਼ਾਹ ਹੋ ਕੇ ਬਾਦਸ਼ਾਹ ਕਰੇ ਮੈਂ ਕਰਮ ਖੋਟੇ, ਨੀਵੀਂ ਪਾ ਕੇ ਮਨ ਸ਼ਰਮਾਉਣ ਲੱਗਾ। ਮੈਂ ਤਾਂ ਬਾਗ ਹਰਨਾਕ ਸਾਰਾ ਕਸ਼ਾਂ ਦੇ ਪ੍ਰਹਿਲਾਦ ਦੇ ਥੰਮਤਾ ਪਾਉਣ ਲੱਗਾ। ਲੱਖ ਪੁੱਤ ਤੇ 1,25,000 ਪੁੱਤਰਾ ਸੀ ਇੱਥੋਂ ਨਾਮ ਨਿਸ਼ਾਨ ਮਟਾਉਣ ਲੱਗਾ। ਉਹ ਪਾਪ ਕਰਮ ਸਿਰਬੰਸ ਦਾ ਨਾਸ ਹੋਇਆ ਰੱਤ ਸੰਤਾਂ ਦੀ ਰੱਤ ਸੰਤਾਂ ਦੀ ਪੱਛਣ ਸ਼ੀਰ ਆਉਣ ਲੱਗਾ। ਉਹ ਦਾਪਰ ਯੁੱਗ ਮੇ ਕੰਸ ਜੇ ਪਾਪੀਆਂ ਨੂੰ ਕਾਨੇ ਕੇਸਾਂ ਤੋਂ ਕਾਨੇ ਕੇਸਾਂ ਤੋਂ ਪਕੜ ਪਟਕਾਉਣ ਲੱਗਾ। ਪੱਥਰ ਬਲੀ ਕੰਧਾਰੀ ਨੇ ਰੇੜਿਆ ਸੀ ਆਪ ਪੰਜੇ ਨਾ ਗੁਰੂ ਅਟਕਾਉਣ ਲੱਗਾ। ਹੋਈ ਔਰੰਗਜ਼ੇਬ ਫਰੇਬ ਸੀ ਕਰੇ ਬਹੁਤੇ, ਔਰੰਗਜ਼ੇਬ ਲੈ ਔਰੰਗਜ਼ੇਬ ਫਰੇਬ ਸੀ ਕਰੇ ਬਹੁਤੇ, ਵੈਰ ਗੁਰਾਂ ਦੇ ਵੈਰ ਗੁਰਾਂ ਦੇ ਨਾਲ ਕਮਾਉਣ ਲੱਗਾ। ਓ ਸ਼ਾਹੀ ਪੂਜਾ ਹੀ ਮੁਗਲਾ ਨਹੀਂ ਆਣੀ ਅਖੀਰ ਆਈ ਹੋ ਅਖੀਰ ਮਿੱਟੀ ਚੰਡਾ ਧਰਮ ਦਾ ਗੁਰੂ ਚਲਾਉਣ ਲੱਗਾ। ਉਹ ਤੈਨੇ ਗੇੜ 84 ਦਾ ਭੁਗਤਣਾ ਹੈ ਚੱਕਰੀ ਇਸ ਦਾ ਚੱਕਰੀ ਇਸ ਦਾ ਸਖਤ ਡਰਾਉਣ ਲੱਗਾ। ਸ਼ੁਕਰ ਸ਼ੁਕਰ ਤੇ ਸਰਪ ਦੀ ਭੋਗ ਯੂਨੀ ਚਰਨੀ ਸੀਸ ਤਰ ਭੁੱਲ ਬਖਸ਼ਾਉਣ ਲੱਗਾ। ਉਹ ਸੋਮਨਾਥਾ ਤੂੰ ਦੱਸ ਹਵਾਲੇ ਅੱਗੇ ਜਿਵੇਂ ਨੂਰ ਮੇ ਜਿਵੇਂ ਨੂਰ ਮੇ ਨੂਰ ਮਲਾਉਣ ਲੱਗਾ। ਬੜੇ ਬੜੇ ਪਾਪੀ ਭਗਵਾਨ ਨੇ ਤਾਰੇ। ਦਰਬਾਰ ਸਾਹਿਬ 'ਚ ਇੱਕ ਪਾਠ ਆਉਂਦਾ ਹਰ ਹਰ ਕੋਰ ਹਰ ਹਰ ਕਰਤ ਪੂਤ ਨਾ ਤਰੀ ਬਾਲ ਘਾਤ ਨਹੀਂ ਕਪਟੇ ਭਰੀ। ਉਹ ਪੂਤਨਾ ਰਾਕਸ਼ਨੀ ਭਗਵਾਨ ਨੇ ਤਾਰਤੀ, ਇਹ ਕੂਕਰ ਦੀ ਮੁਕਤੀ ਕਰੀ ਭਗਵਾਨ ਦੇ ਦਰ 'ਤੇ। ਨੋਟ ਕਰ ਲਿਓ ਸ਼੍ਰੀ ਨਾਭ ਕਮਲ ਜੀ ਦੇ ਪਾਵਨ ਚਰਨਾਂ 'ਚ। ਮੇਰਾ ਇਹ ਯਕੀਨ ਹੈ 36 ਸਾਲ ਹੋ ਗਏ ਜਦ ਵੀ ਇੱਥੇ ਆਉਂਦੇ ਹਾਂ ਮਹਾਰਾਜ ਦੇ ਚਰਨਾਂ 'ਚ ਸਾਧ ਸੰਗਤ ਜੀ ਘਰੇ ਜਾਂਦਿਆਂ ਨੂੰ ਰੱਬ ਖੁਸ਼ੀਆਂ ਦਿੰਦਾ ਹੋਰ ਖੁਸ਼ੀਆਂ ਦਿੰਦਾ। ਇੱਥੇ ਜਦ ਗੁਰਸਿੱਖਾਂ ਦੇ ਦਰਸ਼ਨ ਕਰਦੇ ਹਾਂ ਮਨ ਦੂਣਾ ਹੁੰਦਾ ਸਾਰੀ ਸੰਗਤ ਦਾ। ਮਾਨਯੋਗ ਬਾਬਾ ਜੀ ਯੂਪੀ ਵਾਲੇ ਉਤਰਾਂਚਲ ਵਾਲੇ ਆਏ ਸਾਲ, ਸਾਨੂੰ ਇਹ ਗੱਲ ਨੋਟ ਕਰਿਓ, ਬਾਬਾ ਜੀ ਹੁਣੀ ਸ਼੍ਰੀ ਨਾਭ ਕਮਲ ਜੀ ਦੀ ਯਾਦ ਉੱਥੇ ਮਨਾਉਂਦੇ ਇੰਨਾ ਹੀ ਜਿੰਨਾ ਅੱਜ ਹੁਣ ਦੀਵਾਨ 'ਚ ਇਕੱਠ ਹੈ, ਇੰਨਾ ਹੀ ਇਕੱਠ ਉੱਥੇ ਹੁੰਦਾ। ਆਏ ਸਾਲ ਸਾਨੂੰ ਉੱਥੇ ਬੁਲਾਉਂਦੇ ਨੇ, ਉਹ ਰੁਪਏ ਬਖਸ਼ ਗਏ ਨੇ ਬਗੀਚੀ ਸਾਹਿਬ ਵਾਲੇ ਬਾਬਾ ਜੀ।
ਬਾਈ ਪੁਰਸ਼ੋਤਮ ਜੀ ਰੁਪਏ ਬਖਸ਼ ਗਏ ਨੇ, ਮਾਨਯੋਗ ਸਰ ਨਿੰਦਰ ਸਿੰਘ ਜੀ ਗਿੱਲ ਸਰ ਰੁਪਏ ਬਖਸ਼ ਗਏ ਨੇ। ਮੈਂ ਫਿਰ ਉਹਨਾਂ ਸੱਜਣਾਂ ਦਾ ਨਾਮ ਲਵਾਂ, ਸਰਦਾਰ ਗੁਰਚਰਨ ਸਿੰਘ ਜੀ, ਸਰ ਬਖਸ਼ੀਸ਼ ਸਿੰਘ ਜੀ ਗਿੱਲ, ਸਰਦਾਰ ਚੈਨ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਤੁਹਾਡੇ ਚਰਨਾਂ ਨਾਲ ਜੋੜਿਆ। ਸਰ ਕਰਨੈਲ ਸਿੰਘ ਜੀ ਹੁਣੀ ਸਾਨੂੰ ਤੁਹਾਡੇ ਚਰਨਾਂ ਨਾਲ ਉਹਨਾਂ ਨੇ ਜੋੜਿਆ, ਅਤੇ ਸਾਰੀ ਸੰਗਤ ਦੇ ਪਾਵਨ ਚਰਨਾਂ 'ਚ ਬੇਨਤੀ ਕਰਦਾ। ਬਹੁਤ ਸਤਿਕਾਰਯੋਗ ਸਾਡੇ ਸੈਕਟਰੀ ਸਾਹਿਬ, ਜਿਨ੍ਹਾਂ ਦੀ ਉਮਰ ਛੋਟੀ ਹੈ, ਕਰਨੀ ਬਹੁਤ ਵੱਡੀ ਹੈ, ਉਹਨਾਂ ਤੋਂ ਆਪ ਅਗਲਾ ਪ੍ਰੋਗਰਾਮ ਸੁਣੋ। 98142 42 940 'ਤੇ ਜਦ ਵੀ ਫੋਨ ਕਰੋਗੇ ਤੁਹਾਡੇ ਚਰਨੀ ਹਾਜ਼ਰ ਹੋਵਾਂਗਾ। ਇੱਕ ਬੇਨਤੀ ਹੈ ਵੀ ਕੁਝ ਸ਼ੋਕ ਸਭਾ ਕਰਕੇ, ਬੱਚੇ ਦੇ ਜਾਣਾ ਕਰਕੇ ਅੱਜ ਆਪਾਂ ਸਮਾਂ ਥੋੜ੍ਹਾ ਲਾਇਆ, ਇਸ ਗੱਲ ਦੀ ਮਾਫ਼ ਬਖਸ਼ਿਓ। ਸਾਰੀ ਸੰਗਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਾਧ ਸੰਗਤ ਜੀ ਆਪਣੀ ਆਪਣੀ ਜਗ੍ਹਾ 'ਤੇ ਬੈਠੇ ਰਹੋ, ਕੋਈ ਵੀ ਉੱਠਣ ਦੀ ਕੋਸ਼ਿਸ਼ ਨਾ ਕਰੇ। ਸੋ ਅੱਜ ਦੇ ਜੋ ਦੀਵਾਨ ਸਨ ਨਗਰ ਕੀਰਤਨ ਦੇ, ਉਹਨਾਂ ਦੀਵਾਨਾਂ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਰਾਤ ਦੇ ਦੀਵਾਨ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਅਸਥਾਨਾਂ 'ਤੇ ਰਾਤ ਠੀਕ 8 ਵਜੇ ਆਰੰਭ ਹੋਣਗੇ। ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਕਿ ਠੀਕ 8 ਵਜੇ ਰਾਜਾ ਸਾਹਿਬ ਜੀ ਦੇ ਦਰਬਾਰ ਵਿਖੇ ਪਹੁੰਚੋ ਅਤੇ ਉੱਥੇ ਕੀਰਤਨ, ਕਥਾ ਕੀਰਤਨ, ਕਲਾਕਾਰ ਜੋ ਵੀ ਆਪ ਜੀ ਦੀ ਸੇਵਾ ਕਰਨਗੇ ਸਰਵਣ ਕਰੋ। ਸੋ ਸਾਰੀ ਸੰਗਤ ਬੈਠੀ ਰਹੋ, ਪਹਿਲਾਂ ਪਾਲਕੀ ਸਾਹਿਬ ਅੱਗੇ ਜਾਣਗੇ। ਸੋ ਸੰਗਤ ਨੂੰ ਬੇਨਤੀ ਆ ਕਿ ਉਹ ਪਾਲਕੀ ਸਾਹਿਬ ਦੇ ਪਿੱਛੇ ਹੀ ਜਾਣ। ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿ ਪਹਿਲਾਂ ਮਹਾਰਾਜ ਜੀ ਦੀ ਪਾਲਕੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੁਣ ਮਹਾਰਾਜ ਦੇ ਅਸਥਾਨਾਂ ਵਾਸਤੇ ਰਵਾਨਾ ਹੋਣਗੇ। ਸੋ ਸਮੂਹ ਸੰਗਤ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਹਾਜ਼ਰੀ ਭਰੀ ਆ। ਰਾਜਾ ਬਲੀ ਜੀ ਕਰੋ ਭਲੀ ਜੀ, ਰਾਜਾ ਬਲੀ ਜੀ ਕਰੋ ਭਲੀ ਜੀ, ਸਤੋ ਨਾਮ ਵਾਹਿਗੁਰੂ, ਸਤੋ ਨਾਮ ਵਾਹਿਗੁਰੂ, ਸਤੋ ਨਾਮ ਵਾਹਿਗੁਰੂ ਜੀ, ਸਤੋ ਨਾਮ ਵਾਹਿਗੁਰੂ। ਰਾਜਾ ਬਲੀ ਜੀ ਕਰੋ ਭਲੀ ਜੀ, 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 ਸਤੋ ਨਾਮ ਵਾਹਿਗੁਰੂ ਜੀ, ਸਤੋ ਨਾਮ ਵਾਹਿਗੁਰੂ, ਸਤੋ ਨਾਮ ਵਾਹਿਗੁਰੂ ਜੀ, ਸਤੋ ਨਾਮ ਵਾਹਿਗੁਰੂ, ਸਤੋ ਨਾਮ ਵਾਹਿਗੁਰੂ ਜੀ।
ਇਸਤੇਮਾਲ ਨਾ ਕਰੋਗੇ। ਮੈਂ ਮੇਰੇ ਪਿੰਡ ਦੇ ਜਿਹੜੇ ਸਾਹਮਣੇ ਖੜੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾ ਨਾ ਕਰੋ ਜੀ। ਪੰਜਾਬ ਦਾ ਸਰਬੰਸ
Yeah.